ਦੀਪ ਸਿੱਧੂ ਜੀ ਦੇ ਨਾਲ ਜ਼ੋਰੇ ਦੀ ਵੀ ਮੌਤ ਹੋ ਗਈ, ਉਸ ਕਰੈਕਟਰ ਦੀ ਵੀ? ਕਹਿ ਦਿੰਦਾ ਹੁੰਦਾ ਕਿ ਮੈਂ ਉਸ ਦਿਨ ਹੀ ਤੁਹਾਨੂੰ ਦੱਸਤਾ ਸੀਗਾ ਕਿ ਜਿੱਦਾਂ ਦੀਪ ਦੀ ਡੈਥ ਹੋਈ ਆ, ਉਦੇ ਇਕੱਲੇ ਦੀਪ ਦੀ ਡੈਥ ਨਹੀਂ ਹੋਈ, ਉਦੇ ਦੀਪ ਦੇ ਨਾਲ ਨਾਲ ਜ਼ੋਰੇ ਦੀ ਵੀ ਡੈਥ ਹੋ ਗਈ। ਮੇਰੇ ਤੋਂ ਇਹ ਸਵਾਲ ਹਾਲੇ ਵੀ ਪੁੱਛਦੇ ਨੇ, ਇਸ ਇੰਟਰਵਿਊ ਤੋਂ ਬਾਅਦ ਵੀ ਪੁੱਛਦੇ ਰਹਿਣਗੇ, ਸਾਰੀ ਜ਼ਿੰਦਗੀ ਇਹ ਸਵਾਲ ਪੁੱਛਦੇ ਰਹਿਣਗੇ ਕਦੋਂ ਬਣਾਓਗੇ ਜ਼ੋਰੇ ਦਾ ਪਾਰਟ। ਪਰ ਮੈਂ ਉਦੋਂ ਹੀ ਕਹਿਤਾ ਸੀ ਕਿ ਜ਼ੋਰਾ ਹੁਣ ਕਦੇ ਨਹੀਂ ਬਣ ਸਕਦੀ, ਅਤੇ ਦੀਪ ਇਸ ਧਰਤੀ ਤੋਂ ਚਲਾ ਗਿਆ। ਇਸ ਲਈ ਮੈਂ ਉਸ ਦਿਨ ਕਿਹਾ ਸੀ ਕਿ ਮੇਰੇ ਲਈ ਤਾਂ ਦੋ ਮੌਤਾਂ ਹੋਈਆਂ। ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੇਰਾ ਭਾਵਨਾਤਮਕ ਤੌਰ 'ਤੇ। ਸਿੱਖੀਜ਼ਮ ਨੂੰ ਲੈ ਕੇ ਸਰ ਤੁਹਾਡੀ ਕੀ ਆਈਡੀਓਲੋਜੀ ਹੈ? ਸਿੱਖੀਜ਼ਮ ਬਹੁਤ ਮਾਣ ਦੀ ਗੱਲ ਆ, ਖਾਸ ਕਰਕੇ ਸਾਡਾ ਜਿਹੜਾ ਇਤਿਹਾਸ ਆ ਉਹ ਬਹੁਤ ਵੱਡਾ, ਮਤਲਬ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਗੁਰੂਆਂ ਦੇ ਸਿੰਘ ਹਾਂ। ਬਹੁਤ ਹੁੰਦਾ, ਮੇਰੇ ਕੈਰੀਅਰ ਦਾ ਵੀ ਬਹੁਤ ਨੁਕਸਾਨ ਹੋਇਆ, ਉਹਨਾਂ ਦੇ ਕੈਰੀਅਰ ਦਾ ਵੀ ਬਹੁਤ ਨੁਕਸਾਨ ਹੋਇਆ, ਔਰ ਪੰਜਾਬੀ ਗਾਇਕੀ ਦਾ ਵੀ ਨੁਕਸਾਨ ਹੋਇਆ। ਪੰਜਾਬੀ ਗਾਇਕੀ ਗੀਤਕਾਰੀ ਨੂੰ ਹੋਰ ਬਹੁਤ ਸਾਰੀਆਂ ਚੰਗੀਆਂ ਐਲਬਮ, ਕਿਉਂਕਿ ਇਹਦੇ ਨਾਲ ਨੁਕਸਾਨ ਬਹੁਤ ਹੁੰਦਾ। ਮੇਰੇ ਕੈਰੀਅਰ ਦਾ ਵੀ ਬਹੁਤ ਨੁਕਸਾਨ ਹੋਇਆ, ਉਹਨਾਂ ਦੇ ਕੈਰੀਅਰ ਦਾ ਵੀ ਬਹੁਤ ਨੁਕਸਾਨ ਹੋਇਆ, ਔਰ ਪੰਜਾਬੀ ਗਾਇਕੀ ਦਾ ਵੀ ਨੁਕਸਾਨ ਹੋਇਆ। ਪੰਜਾਬੀ ਗਾਇਕੀ ਗੀਤਕਾਰੀ ਨੂੰ ਹੋਰ ਬਹੁਤ ਸਾਰੀਆਂ ਚੰਗੀਆਂ ਐਲਬਮ ਮਿਲ ਸਕਦੀਆਂ। ਹੁਣ ਸਾਡੀਆਂ ਫਿਲਮਾਂ 100 ਕਰੋੜ ਦਾ ਬਿਜ਼ਨਸ ਵੀ ਕਰਨ ਲੱਗ ਗਈਆਂ, ਪਰ ਜਦੋਂ ਨੈਸ਼ਨਲ ਅਵਾਰਡ ਅਨਾਊਂਸ ਹੁੰਦੇ ਆ, ਤੁਸੀਂ ਕਦੇ ਨੋਟ ਕਰਿਓ ਕੋਈ ਸਾਡੀ ਫਿਲਮ ਨਹੀਂ ਹੁੰਦੀ ਉਹਦੇ 'ਚ। ਇਹਦਾ ਕੀ ਕਾਰਨ ਹੋਇਆ? 300-400 ਫਿਲਮਾਂ ਬਣ ਜਾਂਦੀਆਂ ਨੇ ਸਾਲ 'ਚ, 200 ਫਿਲਮਾਂ ਬਣ ਜਾਂਦੀਆਂ ਨੇ, ਅਤੇ ਜਦੋਂ ਨੈਸ਼ਨਲ ਅਵਾਰਡ ਦੀ ਗੱਲ ਆਉਂਦੀ ਆ ਉੱਥੇ ਇੱਕ ਵੀ ਪੰਜਾਬੀ ਫਿਲਮ ਨਹੀਂ ਗਈ ਹੁੰਦੀ। ਮੇਰਾ ਮਕਸਦ ਇਹ ਹੈ ਕਿ ਨੈਸ਼ਨਲ ਅਵਾਰਡ ਲਈ ਵੀ ਫਿਲਮ ਭੇਜਣੀ ਆ, ਕਾਂਸ ਫਿਲਮ ਫੈਸਟੀਵਲ 'ਤੇ ਵੀ ਫਿਲਮ ਭੇਜਣੀ ਆ, ਟੋਰਾਂਟੋ ਫਿਲਮ ਫੈਸਟੀਵਲ 'ਤੇ ਵੀ ਫਿਲਮ ਭੇਜਣੀ ਆ, ਔਰ ਕੋਸ਼ਿਸ਼ ਇਹ ਰਹੂਗੀ ਕਿ ਆਸਕਰ ਅਵਾਰਡ ਦੇ ਲਈ ਵੀ ਪੰਜਾਬੀ ਫਿਲਮ ਭੇਜਾਂ ਮੈਂ। ਲੋਕ ਇਸ ਗੱਲ ਬਾਰੇ ਚੇਤਨ ਹੋਣ ਕਿ ਕਿਹੜੀ ਫਿਲਮ ਬਣੀ ਆ ਅਤੇ ਕਿਹੜੀ ਭੇਜੀ ਜਾ ਰਹੀ ਆ, ਇਹਦੇ ਲਈ ਮੈਂ ਲੋਕਾਂ ਨੂੰ ਨਾਲ ਜੋੜਨਾ ਚਾਹੁੰਦਾ, ਤਾਂ ਕਿ ਉਹਨਾਂ ਨੂੰ ਯਾਦ ਰਹੇ ਕਿ ਉਹ ਫਿਲਮ ਆ ਜਿਹਦੇ ਲਈ 100 ਰੁਪਇਆ ਅਸੀਂ ਵੀ ਦਿੱਤਾ ਸੀ। ਫਿਲਮ ਗਲੋਬਲ ਹੋਣੀ ਚਾਹੀਦੀ। ਹਾਂ, ਸਤਿ ਸ਼੍ਰੀ ਅਕਾਲ ਜੀ, ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਨਾਲ ਮੌਜੂਦ ਨੇ ਅੱਜ ਦੇ ਐਕਸਕਲੂਸਿਵ ਗੈਸਟ ਅਮਰਦੀਪ ਸਿੰਘ ਗਿੱਲ ਜੀ। ਇਹਨਾਂ ਦਾ ਪ੍ਰੋਫੈਸ਼ਨਲ ਬੈਕਗਰਾਊਂਡ, ਪ੍ਰੋਫੈਸ਼ਨਲ ਇੰਟਰੋਡਕਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਜ਼ ਅ ਵੈਰੀ ਗੁੱਡ ਲਿਰਿਸਿਸਟ, ਪੋਇਟ ਨੇ, ਰਾਈਟਰ ਨੇ, ਪ੍ਰੋਡਿਊਸਰ ਨੇ, ਡਾਇਰੈਕਟਰ ਨੇ। ਇਸ ਤੋਂ ਇਲਾਵਾ ਇਹਨਾਂ ਦਾ ਕੁਦਰਤੀ ਸੁਭਾਅ ਕਿਹੋ ਜਿਹਾ, ਇਹ ਇਨਸਾਨ ਕਿਹੋ ਜਿਹੇ ਨੇ, ਕਿਹੜੀ ਕਲਾ ਇਹਨਾਂ ਦੇ ਦਿਲ ਦੀ ਸਭ ਤੋਂ ਕਰੀਬ ਹੈ, ਕਿਹੋ ਜਿਹੇ ਕਲਾਕਾਰਾਂ ਦੀ ਕਦਰ ਕਰਦੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਪੋਡਕਾਸਟ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਤੁਸੀਂ? ਵਧੀਆ। ਕਿਹੜਾ ਫੇਜ਼ ਚੱਲ ਰਿਹਾ ਲਾਈਫ ਦਾ? ਕੰਮ ਹੈ ਜੀ ਬਹੁਤ, ਮਤਲਬ ਜਿਹਦੇ 'ਚ ਆਪਾਂ ਕਹਿੰਦੇ ਹੁੰਦੇ ਹਾਂ ਕੰਮ 'ਚ ਵੀ ਭੱਜਾ ਭਜਾਈ ਚੱਲ ਰਹੀ ਹੈ ਜੀ ਬਹੁਤ। 3 ਵੈਬ ਸੀਰੀਜ਼ ਮੈਂ ਸ਼ੂਟ ਕੀਤੀਆਂ ਨੇ, ਉਹਨਾਂ ਦਾ ਪੋਸਟ ਪ੍ਰੋਡਕਸ਼ਨ ਚੱਲ ਰਿਹਾ, ਜਲਦੀ ਰਿਲੀਜ਼ ਕਰਨੀਆਂ, ਦਾਰੋ, ਸੁੱਖਾ ਰੇਡਰ ਅਤੇ ਰਾਜਧਾਨੀ, ਇਹਦੇ 'ਚ ਮੇਨ ਰੁੱਝਿਆ ਹੋਇਆ ਮੈਂ। ਹਲੇ ਸਾਡੀ ਗੱਲ ਹੋ ਰਹੀ ਸੀ ਪੋਡਕਾਸਟ ਸ਼ੁਰੂ ਹੋਣ ਤੋਂ ਪਹਿਲਾਂ, ਤੁਸੀਂ ਜ਼ਿਕਰ ਕੀਤਾ ਕਿ
ਤੁਹਾਡਾ ਮਕਸਦ ਜਿਹੜਾ ਹੈਗਾ ਹਿੰਦੀ 'ਚ ਕੰਮ ਕਰਨ ਦਾ, ਉਹਦੀ ਕੋਈ ਖਾਸ ਵਜ੍ਹਾ? ਹਾਂਜੀ, ਮੈਂ ਆਪਣੀ ਗੱਲ ਵੱਧ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਲਾਰਜਰ ਸਕੇਲ 'ਤੇ। ਹਾਂਜੀ, ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਪੰਜਾਬ ਤੋਂ ਬਾਹਰ ਜਾਣੀਆਂ ਚਾਹੀਦੀਆਂ ਨੇ, ਪੂਰੀ ਦੁਨੀਆ 'ਚ ਜਿ ਮਤਲਬ ਪੰਜਾਬੀ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੀ ਮਾਤ ਭਾਸ਼ਾ, ਉਹ ਵੱਖਰੀ ਗੱਲ ਆ ਕਿ ਸਾਨੂੰ ਬੜਾ ਮਾਣ ਹੁੰਦਾ ਆਪਣੀ ਮਾਤ ਭਾਸ਼ਾ 'ਚ ਗੱਲ ਕਰਨ ਦਾ, ਫਿਲਮਾਂ ਬਣਾਉਣ ਦਾ, ਗੀਤ ਲਿਖਣ ਦਾ। ਪਰ ਕੁਛ ਕਹਾਣੀਆਂ ਐਸੀਆਂ ਨੇ ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਾਸ਼ਾ ਤੋਂ ਬਾਹਰ ਵੀ ਜਾਣ, ਖਾਸ ਕਰਕੇ ਸਾਡੀਆਂ ਇਤਿਹਾਸਿਕ ਕਹਾਣੀਆਂ ਜਿਹੜੀਆਂ ਸਿੱਖਿਜ਼ਮ ਨਾਲ ਜੁੜੀਆਂ ਵੀਆਂ ਜਾਂ ਪੰਜਾਬੀਆਂ ਦੇ ਵਿਰਸੇ ਨਾਲ ਜੁੜੀਆਂ ਵੀਆਂ, ਉਹਨਾਂ ਨੂੰ ਅਗਰ ਅਸੀਂ ਹਿੰਦੀ 'ਚ ਫਿਲਮਾਂ ਬਣਾਵਾਂਗੇ ਤਾਂ ਵੱਧ ਲੋਕਾਂ ਤੱਕ ਪਹੁੰਚਣਗੀਆਂ। ਇਸ ਕਰਕੇ ਮੇਰਾ ਮੁੱਖ ਜਿਹੜਾ ਉਦੇਸ਼ ਆ ਉਹ ਇਹ ਹੈ ਕਿ ਮੈਂ ਹਿੰਦੀ 'ਚ ਬਣਾਵਾਂ ਔਰ ਫਿਰ ਉਸ ਤੋਂ ਬਾਅਦ ਮੈਂ ਅੰਗਰੇਜ਼ੀ 'ਚ ਬਣਾਵਾਂ। ਬੈਸਟ ਵਿਸ਼ਿਜ਼ ਸਰ ਜੀ। ਪੰਜਾਬੀ ਸਿਨੇਮਾ ਦੀ ਗੱਲ ਕਰਦੇ ਹਾਂ, ਪੰਜਾਬੀ ਸਿਨੇਮਾ ਦਾ ਮਿਆਰ ਵਧਿਆ ਤੁਹਾਡੇ ਹਿਸਾਬ ਨਾਲ? ਹਾਂਜੀ, ਮਿਆਰ ਵਧਿਆ ਹੈਗਾ। ਤਕਨੀਕੀ ਤੌਰ 'ਤੇ ਟੈਕਨੀਕਲੀ ਸਿਨੇਮਾ ਜਿਹੜਾ ਹੈ ਪੰਜਾਬੀ ਸਿਨੇਮਾ ਉਹ ਰਿਚ ਹੋਇਆ। ਸਾਡੇ ਕੋਲ ਪਹਿਲਾਂ ਇੰਨੇ ਸਾਧਨ ਨਹੀਂ ਸੀ ਹੁੰਦੇ। ਸਾਧਨ ਨਾ ਹੋਣ ਦਾ ਕਾਰਨ ਸੀਗਾ ਕਿ ਸਾਡੇ ਕੋਲ ਇੰਨਾ ਬਜਟ ਨਹੀਂ ਸੀ ਹੁੰਦਾ। ਹੁਣ ਬਜਟ ਵੀ ਆ ਸਾਡੇ ਕੋਲ, ਜੇ ਬਜਟ ਨੇ ਤਾਂ ਫਿਰ ਉਹ ਸਾਧਨ ਵੀ ਨੇ ਸਾਰੇ। ਤਕਨੀਕੀ ਤੌਰ 'ਤੇ ਅਸੀਂ ਰਿਚ ਫਿਲਮ ਬਣਾ ਸਕਦੇ ਹਾਂ ਹਰ ਪੱਖ ਤੋਂ। ਇਸ ਕਰਕੇ ਔਰ ਵੱਧ ਗਿਣਤੀ 'ਚ ਫਿਲਮਾਂ ਬਣ ਰਹੀਆਂ ਨੇ ਔਰ ਸਾਰੀਆਂ ਫਿਲਮਾਂ ਜਿਹੜੀਆਂ ਉਹ ਟੈਕਨੀਕਲੀ ਬੋਂਬੇ ਤੋਂ ਅਸੀਂ ਉਹਨਾਂ ਦੀ ਪੋਸਟ ਪ੍ਰੋਡਕਸ਼ਨ ਕਰਵਾਉਂਦੇ ਹਾਂ ਚਾਹੇ ਬਾਹਰ ਤੋਂ ਕਰਵਾਉਂਦੇ ਹਾਂ। ਤਾਂ ਮਤਲਬ ਪੰਜਾਬ ਤੋਂ ਬਾਹਰ ਨਿਕਲਿਆ ਹੈ ਸਿਨੇਮਾ ਜਿਹੜਾ ਸਾਡਾ, ਸਾਡੀਆਂ ਫਿਲਮਾਂ ਦਿੱਲੀ, ਬੋਂਬੇ, ਹੋਰ ਜਿਹੜੇ ਸਟੇਟਸ ਆ ਉੱਥੇ ਵੀ ਰਿਲੀਜ਼ ਹੁੰਦੀਆਂ ਨੇ। ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ। ਅਤੇ ਕੰਟੈਂਟ ਪੱਖੋਂ? ਕੰਟੈਂਟ ਦੇ ਤਾਂ ਹਾਲੇ ਕਾਫੀ ਮਿਹਨਤ ਕਰਨ ਦੀ ਲੋੜ ਆ, ਕਿਉਂਕਿ ਪੰਜਾਬੀਆਂ ਨੇ ਖੁਦ ਹੀ ਐਕਚੁਅਲੀ ਲੋਕਾਂ ਨੂੰ ਨਹੀਂ ਇਸ ਗੱਲ ਤਾਂ ਹੀ ਕੋਈ ਮਤਲਬ ਹੁੰਦਾ। ਲੋਕਾਂ ਨੂੰ ਤਾਂ ਤੁਸੀਂ ਜਿਹੜੀ ਚੀਜ਼ ਦਿਓਗੇ ਉਹ ਉਹਨਾਂ ਨੇ ਦੇਖਣੀ ਆ। ਪੰਜਾਬੀਆਂ ਨੇ ਖੁਦ ਹੀ ਆਪਣਾ ਇੱਕ ਇਮੇਜ ਇੱਦਾਂ ਦੀ ਬਣਾ ਲਈ ਕਿ ਅਸੀਂ ਤਾਂ ਬੜੇ ਹੱਸਣ ਖੇਡਣ ਵਾਲੇ, ਚੁਟਕਲੇ ਸੁਣਾਉਣ ਵਾਲੇ, ਹਾਹਾ ਹੀ ਹੀ ਕਰਨ ਵਾਲੇ ਹਾਂ। ਅਤੇ ਲੋਕ ਵੀ ਇੱਦਾਂ ਹੀ ਸਮਝਣ ਲੱਗ ਗਏ। ਸਾਡੇ ਕੁਛ ਜਿਹੜੇ ਕਲਾਕਾਰ ਨੇ ਉਹਨਾਂ ਦੀ ਇਮੇਜ ਇੱਦਾਂ ਦੀ ਬਣ ਗਈ ਕਿ ਉਹ ਸਕਰੀਨ 'ਤੇ ਆਉਂਦੇ ਆ ਜਾਂ ਉਹਨਾਂ ਦੇ ਨਾਂ ਪੜ੍ਹੇ ਜਾਂਦੇ ਆ ਤਾਂ ਪਹਿਲਾਂ ਹੀ ਲੋਕ ਹੱਸਣ ਲੱਗ ਜਾਂਦੇ ਆ ਕਿ ਇਹ ਕੋਈ ਹਾਸੇ ਵਾਲੀ ਗੱਲ ਕਰੂਗਾ। ਚੰਗੀ ਗੱਲ ਆ, ਹੱਸਣਾ ਵੀ ਚੰਗੀ ਗੱਲ ਆ, ਹਾਸੇ ਵਾਲੀਆਂ ਫਿਲਮਾਂ ਬਣਾਉਣਾ ਇੱਕ ਵੱਖਰੀ ਗੱਲ ਆ। ਪਰ ਮੈਨੂੰ ਲੱਗਦਾ ਬਹੁਤ ਕੁਛ ਗੰਭੀਰ ਕਰਨ ਵਾਲਾ ਜਿਹੜਾ ਪਿਆ ਹੈ, ਸਾਨੂੰ ਗੰਭੀਰ ਵੀ ਕਰਨਾ ਚਾਹੀਦਾ। ਬਹੁਤ ਸਾਰੇ ਇੱਦਾਂ ਦੇ ਵਿਸ਼ੇ ਨੇ ਜਿਹੜੇ ਪੰਜਾਬ ਨਾਲ ਔਰ ਸਿੱਖਿਜ਼ਮ ਨਾਲ ਰਿਲੇਟਡ ਨੇ, ਪਰ ਬੜੀ ਗੰਭੀਰਤਾ ਨਾਲ ਬਣਾਏ ਜਾਣੇ ਚਾਹੀਦੇ ਨੇ। ਜਿੱਦਾਂ ਪਿੱਛੇ ਜੇ ਸਾਡੇ ਦੋਸਤ ਸ਼ਰਨ ਨੇ ਫਿਲਮ ਬਣਾਈ ਮਸਤਾਨੇ, ਤਾਂ ਉਹ ਇੱਕ ਗੰਭੀਰ ਵਿਸ਼ਾ ਸੀਗਾ। ਉਹਦੇ ਵਿੱਚ ਉਹਨੇ ਕਮੇਡੀ ਵੀ ਸੀਗੀ, ਰੋਮਾਂਸ ਵੀ ਸੀਗਾ, ਪਰ ਆਖਰਕਾਰ ਉਹਨੇ ਇੱਕ ਬਹੁਤ ਗੰਭੀਰ ਗੱਲ ਕੀਤੀ। ਇੱਦਾਂ ਦਾ ਹੋਣਾ ਚਾਹੀਦਾ ਸਿਨੇਮਾ, ਸਿਰਫ ਹਾਹਾ ਹੀ ਨਹੀਂ ਹੋਣਾ ਚਾਹੀਦਾ। ਕੰਟੈਂਟ ਪੱਖੋਂ ਅਸੀਂ ਹਲੇ ਕਮਜ਼ੋਰ ਹਾਂ। ਐਜ਼ ਅ ਲਿਰਿਸਿਸਟ ਸਰ, ਤੁਸੀਂ ਕਾਫੀ ਹਿੱਟ ਸੌਂਗਸ ਦਿੱਤੇ ਜੀ, ਕਾਫੀ ਜਨਰੇਸ਼ਨ ਨੂੰ ਜੀ ਲੈਜੈਂਡ ਬਣੇ ਜੀ। ਹਾਲ ਦੀ ਘੜੀ ਲਿਰਿਕਸ ਦੇ ਵਿੱਚ ਜੀ ਜ਼ਿਆਦਾ ਵਜ਼ਨ ਹੋਣਾ ਜਾਂ ਰਿਲੇਟੇਬਲ ਹੋਣਾ ਕਿੰਨਾ ਕੁ ਜ਼ਰੂਰੀ ਹੈ ਕਮਰਸ਼ੀਅਲ ਹੋਣ ਲਈ? ਦੇਖੋ ਜੀ, ਕਮਰਸ਼ੀਅਲ ਹੋਣ ਲਈ ਹੀ ਨਹੀਂ, ਐਕਚੁਅਲੀ ਗੀਤਕਾਰ ਹੋਣ ਲਈ ਹੀ, ਲਿਰਿਸਿਸਟ ਹੋਣ ਲਈ ਹੀ ਜਿਹੜਾ ਹੈ ਉਹ ਕਲਾ ਦੇ ਵਿੱਚ ਇੱਕ ਵਜ਼ਨ ਚਾਹੀਦਾ ਹਮੇਸ਼ਾ।
ਚਾਹੇ ਉਹ ਗੀਤਕਾਰੀ ਆ, ਚਾਹੇ ਉਹ ਫਿਲਮ ਮੇਕਿੰਗ ਆ, ਚਾਹੇ ਉਹ ਲਿਟਰੇਚਰ ਆ, ਚਾਹੇ ਉਹ ਪੋਏਮ ਆ, ਚਾਹੇ ਉਹ ਥੀਏਟਰ ਆ, ਜਿੰਨਾ ਚਿਰ ਤੁਹਾਡੀ ਜਿਹੜੀ ਰਚਨਾ ਹੈ ਉਹਦੇ ਵਿੱਚ ਗੰਭੀਰਤਾ ਨਹੀਂ ਗੀ ਔਰ ਇੱਕ ਉਹਦੇ ਵਿੱਚ ਕੁਛ ਗੱਲ ਨਹੀਂ ਗੀ ਕਹਿਣ ਨੂੰ, ਕਿਉਂਕਿ ਉਹ ਗੱਲ ਨੇ ਹੀ ਗੱਲ ਨੂੰ ਭਾਰਾ ਕਰਨਾ, ਗੰਭੀਰਤਾ ਹੀ ਜਿਹੜੀ ਆ ਉਹ ਵਜ਼ਨਦਾਰ ਬਣਾਉਂਦੀ ਹੈ ਗੱਲ ਨੂੰ। ਤਾਂ ਮੈਨੂੰ ਲੱਗਦਾ ਕਿ ਜਿਹੜੇ ਆਮ ਚੱਲਣ ਵਾਲੇ ਗੀਤ ਨੇ ਗੱਡੀਆਂ 'ਚ ਚੱਲਦੇ ਆ ਜਾਂ ਪਾਰਟੀਆਂ 'ਚ ਚੱਲਦੇ ਆ, ਉਹਨਾਂ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਰਿਆਂ 'ਚ ਹੀ ਹੋਵੇ, ਪਰ ਗੰਭੀਰਤਾ ਲਿਆਈ ਜਾ ਸਕਦੀ ਹੈ, ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਜਿੱਦਾਂ ਸਿੱਧੂ ਮੂਸੇਵਾਲੇ ਦੇ ਬਹੁਤ ਸਾਰੇ ਗੀਤ ਸੀ ਜਿਹੜੇ ਉਹ ਆਮ ਚੱਲਦੇ ਸੀ, ਪਰ ਜਦੋਂ ਉਹਨਾਂ ਨੂੰ ਸੁਣਦੇ ਸੀ ਤਾਂ ਉਹਨਾਂ 'ਚ ਬੜੀਆਂ ਗੰਭੀਰ ਗੱਲਾਂ ਸੀਗੀਆਂ। ਇਸ ਕਰਕੇ ਹੋਣੀ ਚਾਹੀਦੀ ਹੈ, ਨਹੀਂ ਹੈ ਇਸ ਗੱਲ 'ਤੇ ਤਾਂ ਆਪਾਂ ਕੁਛ ਗੱਲ ਨਹੀਂ ਕਰ ਸਕਦੇ, ਪਰ ਮੈਂ ਇਹ ਚਾਹੁੰਦਾ ਕਿ ਗੰਭੀਰਤਾ ਜਿਹੜੀ ਆ ਉਹ ਬਣੀ ਰਹੇ ਕਲਾ ਦੇ ਕਿਸੇ ਵੀ ਫੀਲਡ ਦੇ ਵਿੱਚ। ਤੁਹਾਡੀ ਕਿਹੜੀ ਰਚਨਾ ਜਾਂ ਕਿਹੜਾ ਗਾਣਾ ਤੁਹਾਡੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਹੈ, ਤੁਹਾਡਾ ਆਪਣਾ? ਮੇਰੇ ਬਹੁਤ ਸਾਰੇ ਗਾਣੇ ਨੇ ਜੀ, ਜੇ ਦੁਨਿਆਵੀ ਨਜ਼ਰ ਨਾਲ ਦੇਖੀਏ ਤਾਂ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਸਾਰੀ ਦੁਨੀਆ 'ਚ ਬਹੁਤ ਪਸੰਦ ਕੀਤਾ ਗਿਆ। ਉਹ ਲਿਖਣ ਦੇ ਪਿੱਛੇ ਕੋਈ ਖਾਸ ਵਜ੍ਹਾ ਸੀ? ਹਾਂਜੀ, ਮੈਨੂੰ ਵੀ ਉਹ ਬਹੁਤ ਪਸੰਦ ਆ, ਅਤੇ ਮੇਰੇ ਹਰ ਗੀਤ ਦੇ ਪਿੱਛੇ ਇੱਕ ਵਜ੍ਹਾ ਹੁੰਦੀ ਆ। ਮੈਂ ਕੋਈ ਗਾਣਾ ਉਈ ਨਹੀਂ ਲਿਖਿਆ, ਐਵੇਂ ਨਹੀਂ ਗਾ ਕਿ ਸਿਰਫ ਸੋਚਿਆ ਜਾਂ ਕੋਈ ਇੱਦਾਂ ਹੀ ਇਮੈਜੀਨੇਸ਼ਨ 'ਚ ਲਿਖਤਾ। ਮੇਰੇ ਹਰ ਗੀਤ ਦੇ ਮਗਰ, ਹਰ ਗੱਲ ਦੇ ਮਗਰ ਇੱਕ ਕਹਾਣੀ ਹੁੰਦੀ ਆ, ਅਤੇ ਉਹ ਮੈਂ ਕਈ ਵਾਰੀ ਦੱਸ ਚੁੱਕਿਆ ਕਿ ਉਹ ਮੇਰੀ ਇੱਕ ਦੋਸਤ ਕੁੜੀ ਦਾ ਮੈਨੂੰ ਫੋਨ ਆਇਆ ਰਾਤ ਦੇ 12:30, ਉਹ ਯੂਨੀਵਰਸਿਟੀ ਪੜ੍ਹਦੀ ਸੀ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਤੇ ਉਹਨੇ ਮੈਨੂੰ ਕਿਹਾ ਕਿ ਮੈਨੂੰ ਰਾਤ ਨੂੰ ਫੋਨ ਕਰੀ ਹੋਸਟਲ, ਅਤੇ ਮੈਂ ਕੁਛ ਘਰ ਦੀ ਗੱਲ ਕਰਨੀ ਆ। ਮੈਂ ਕਿਹਾ ਠੀਕ ਹੈ, ਅਤੇ ਮੈਂ ਹੋਸਟਲ ਫੋਨ ਕੀਤਾ ਉਹਨੂੰ, ਬਠਿੰਡੇ ਮੈਂ ਘਰ ਨਹੀਂ ਸੀ ਫੋਨ ਕਰ ਸਕਦਾ ਕਿਉਂਕਿ ਰਾਤ ਨੂੰ ਸੁੱਤੇ ਹੁੰਦੇ ਆ ਸਾਰੇ, ਅਤੇ ਮੈਂ ਤੁਰ ਕੇ ਆਇਆ ਸਟੇਸ਼ਨ 'ਤੇ, ਅਤੇ ਉਦੋਂ ਪੀ ਸੀ ਓ ਹੁੰਦੇ ਸੀਗੇ ਉੱਥੇ ਸਾਡੇ ਦੀਪਕ ਢਾਬਾ, ਉਹਦੇ ਨਾਲ ਪੀ ਸੀ ਓ, ਉੱਥੇ ਮੈਂ ਫੋਨ ਕੀਤਾ ਤਾਂ ਰੋਣ ਲੱਗ ਗਈ ਕਿ ਮੇਰੀ ਮਾਂ ਬਿਮਾਰ ਆ, ਮੇਰਾ ਭਰਾ ਹੈ, ਘਰ ਦੀਆਂ ਗੱਲਾਂ ਦੱਸ ਰਹੀ ਸੀ। 15-20 ਮਿੰਟ, ਅੱਧਾ ਘੰਟਾ ਸਾਡੀ ਗੱਲ ਹੋਈ, ਅਤੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਹਵਾ ਸੀ ਜਿਹੜੀ ਉਹ ਇੱਦਾਂ ਤੇਜ਼ ਆ ਰਹੀ ਸੀ, ਅਤੇ ਵਿੱਚ ਥੋੜ੍ਹੀ ਸੈੱਲ ਸੀ, ਉਹ ਐਂ ਸੀਗਾ ਵੀ ਜਿੱਦਾਂ ਮੈਂ ਜਿੱਥੇ ਖੜ੍ਹਾ ਸੀ ਉੱਥੋਂ ਗੋਨਿਆਣਾ ਜਾਂ ਥਰਮਲ ਪਲਾਂਟ ਸਾਡਾ ਬਠਿੰਡੇ ਵਾਲਾ, ਵੀ ਉੱਥੇ ਕਿਤੇ ਮੀਂਹ ਪੈ ਰਿਹਾ ਹੋਊਗਾ। ਤੋ ਮੇਰੇ ਦਿਮਾਗ 'ਚ ਗੱਲ ਆ ਗਈ ਕਿ ਇਹ ਸਿੱਲੀ ਹਵਾ ਜਿਹੜੀ ਉਹ ਇਸ ਕਰਕੇ ਆ ਰਹੀ ਹੈ ਕਿਉਂਕਿ ਜਿਹੜੀ ਉਹ ਮੇਰੀ ਦੋਸਤ ਕੁੜੀ ਹੈ ਉਹ ਕਿਤੇ ਬੈਠੀ ਰੋ ਰਹੀ ਹੈ, ਵੀ ਉਹ ਗੱਲ ਇੱਦਾਂ ਜੁੜ ਗਈ। ਮੈਂ ਕਿਹਾ ਵੀ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਅਤੇ ਉੱਥੋਂ ਮੈਂ ਤੁਰ ਪਿਆ ਘਰ ਨੂੰ, ਅਤੇ ਘਰ ਤੱਕ ਜਾਂਦੇ ਜਾਂਦੇ ਮੈਂ ਸਾਰਾ ਗੀਤ ਬਣਾ ਲਿਆ, ਅਤੇ ਜਾ ਕੇ ਮੈਂ ਚੁੱਪ ਚਾਪ ਪੈ ਗਿਆ, ਅਤੇ ਸਵੇਰੇ ਉੱਠ ਕੇ ਮੈਂ ਉਹਨੂੰ ਡਾਇਰੀ 'ਤੇ ਲਿਖ ਲਿਆ। ਉਦੋਂ 1-2 ਮਹੀਨਿਆਂ ਬਾਅਦ ਉਹ ਰਿਕਾਰਡ ਹੋ ਗਿਆ। ਬਸ ਉਸ ਤੋਂ ਬਾਅਦ ਤਾਂ ਦੁਨੀਆਂ ਨੂੰ ਪਤਾ ਹੀ ਹੈ ਜੀ। ਸਰ, ਕਾਫੀ ਇਹੋ ਜਿਹੇ ਕਲਾਕਾਰ ਆਰਟਿਸਟ ਨੇ ਜਿਨ੍ਹਾਂ ਦੇ ਇਨੀਸ਼ੀਏਸ਼ਨ ਦੇ ਵਿੱਚ ਜਾਂ ਪ੍ਰਮੋਸ਼ਨ ਦੇ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਜੀ। ਤੁਸੀਂ ਕਦੇ ਆਪਣੇ ਆਪ ਨਾਲ ਗੱਲ ਕਰਦੇ ਹੋਏ ਜਾਂ ਇੰਟਰੋਸਪੈਕਟ ਕਰਦੇ ਹੋਏ ਕਦੇ ਸੋਚਿਆ ਕਿ ਕਿਸੇ ਆਰਟਿਸਟ ਦਾ ਕਰੀਅਰ ਤੁਸੀਂ ਸਟਾਰਟ ਕੀਤਾ ਜਾਂ ਕਿੱਕ ਕੀਤਾ ਜੀ?
ਨਹੀਂ, ਮੈਂ ਪਰਮਾਤਮਾ ਕਰਨ ਵਾਲਾ ਤਾਂ ਦੇਖੋ ਸਭ ਕੁਛ ਪਰਮਾਤਮਾ ਕਰਦਾ, ਅਸੀਂ ਤਾਂ ਜ਼ਰੀਆ ਬਣਦੇ ਹਾਂ। ਜਿੱਦਾਂ ਅਮਰਿੰਦਰ ਪਹਿਲੀ ਵਾਰੀ ਜਿਹੜਾ ਕਮਰਸ਼ੀਅਲ ਹਿੱਟ ਹੋਇਆ ਤਾਂ ਉਹ ਮੇਰਾ ਗਾਣਾ ਸੀ ਜੇ ਮਿਲੇ ਉਹ ਕੁੜੀ। ਇੱਦਾਂ ਹੀ ਮੈਂ ਰਾਣੀ ਰਣਦੀਪ ਨੂੰ ਪੇਸ਼ ਕੀਤਾ ਇਸ਼ਕੇ ਦੀ ਮਾਰ, ਉਹ ਬਹੁਤ ਵੱਡੀ ਹਿੱਟ ਸੀ। ਹੰਸ ਭਾਅ ਜੀ ਬਹੁਤ ਵੱਡੇ ਸਟਾਰ ਸੀਗੇ, ਪਰ ਸਿੱਲੀ ਸਿੱਲੀ ਹਵਾ ਉਹਨਾਂ ਦੇ ਕੈਰੀਅਰ ਦੇ ਵਿੱਚ ਇੱਕ ਮੀਲ ਪੱਥਰ ਆ। ਇਸੇ ਤਰ੍ਹਾਂ ਦੀਪ ਸਿੱਧੂ ਨੇ ਪਹਿਲਾਂ ਇੱਕ ਫਿਲਮ ਕਰ ਲਈ ਸੀ, ਪਰ ਜਦੋਂ ਜੋੜਾ ਕੀਤੀ ਆ ਉਹਨੇ ਤਾਂ ਉਹਦੀ ਇੱਕ ਪਛਾਣ ਆ ਜਿਹੜੀ ਉਹ ਬਹੁਤ ਵੱਡੀ ਹੋ ਗਈ। ਅਤੇ ਮੈਨੂੰ ਇਸ ਗੱਲ 'ਤੇ ਕੋਈ ਹੰਕਾਰ ਨਹੀਂ ਹੁੰਦਾ ਹੁੰਦਾ, ਮੈਨੂੰ ਮਾਣ ਹੁੰਦਾ ਹੁੰਦਾ ਕਿ ਪਰਮਾਤਮਾ ਨੇ ਮੇਰੇ ਹੱਥੋਂ ਕੁਛ ਇੱਦਾਂ ਦੇ ਕੰਮ ਕਰਵਾਏ ਆ ਜਿਹਦੇ ਕਰਕੇ ਕੁਛ ਲੋਕ ਆ ਜਿਹੜੇ ਉਹਨਾਂ ਦੀ ਪਛਾਣ ਆ ਜਿਹੜੀ ਉਹ ਗੂੜ੍ਹੀ ਹੋਈ ਆ ਜਾਂ ਵੱਡੀ ਹੋਈ ਆ। ਪਰ ਇਹਨੂੰ ਮੈਂ ਨਹੀਂ ਕਹਿੰਦਾ ਕਿ ਮੈਂ ਕੀਤਾ, ਇਹ ਪਰਮਾਤਮਾ ਨੇ ਕੀਤਾ। ਸਾਡੇ ਦੋ ਜਣਿਆਂ ਦਾ ਜੁੜਨਾ ਸੀ, ਜਿਵੇਂ ਮੇਰਾ ਅਤੇ ਅਮਰਿੰਦਰ ਦਾ ਜੁੜਨਾ ਜਾਂ ਮੇਰਾ ਅਤੇ ਹੰਸ ਭਾਈ ਦਾ ਜੁੜਨਾ, ਇਹ ਕੁਦਰਤ ਨੂੰ ਚੰਗਾ ਲੱਗਿਆ। ਕੁਛ ਸੁਮੇਲ ਹੁੰਦੇ ਨੇ, ਕੁਛ ਕੁਮੇਲ ਹੁੰਦੇ ਨੇ, ਕੁਛ ਇੱਦਾਂ ਦੇ ਹੁੰਦੇ ਨੇ ਕਿ ਜੇ ਉਹ ਜੁੜਨ ਤਾਂ ਚੰਗਾ ਕੰਮ ਹੁੰਦਾ। ਜਿਵੇਂ ਬਿਜਲੀ ਦੇ ਤਾਰਾਂ ਦਾ ਵੀ ਹੁੰਦਾ, ਕਈ ਵਾਰੀ ਜੇ ਗਲਤ ਤਾਰ ਜੁੜ ਜੇ ਤਾਂ ਫਿਰ ਫਿਊਜ਼ ਵੀ ਉਡਾ ਦਿੰਦੀ ਹੁੰਦੀ ਹੈ। ਉਵੇਂ ਜਿਵੇਂ ਗਲਤ ਬੰਦੇ ਨਹੀਂ, ਮੇਰੇ ਇੱਦਾਂ ਦੀ ਕੋਈ ਨਹੀਂ ਜੁੜੀ, ਅਤੇ ਮੇਰੇ ਤੋਂ ਦੂਰ ਹੀ ਰਹਿੰਦੀਆਂ ਨੇ ਗਲਤ ਤਾਰਾਂ ਜਿਹੜੀਆਂ, ਅਤੇ ਮੇਰਾ ਟਰਾਂਸਫਾਰਮਰ ਆ ਜਿਹੜਾ ਉਹ ਭੈੜਾ ਹੈ। ਅਤੇ ਪਰ ਜਦੋਂ ਚੰਗੀਆਂ ਤਾਰਾਂ ਜੁੜਦੀਆਂ ਨੇ ਤਾਂ ਚੰਗੇ ਨਤੀਜੇ ਨਿਕਲਦੇ ਨੇ। ਇਹ ਜਿਹੜੇ ਵੀ ਆਰਟਿਸਟ ਜਿਨ੍ਹਾਂ ਦੇ ਹੁਣ ਤੁਸੀਂ ਨਾਂ ਲਿੱਤੇ, ਹੁਣ ਇਹਨਾਂ ਨਾਲ ਕਿਵੇਂ ਸਾਂਝ ਹੈ ਤੁਹਾਡੀ? ਬਹੁਤ ਵਧੀਆ ਜੀ। ਅਮਰਿੰਦਰ ਨਾਲ ਮੈਂ ਫਿਲਮ ਕਰ ਰਿਹਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ। ਅਮਰਿੰਦਰ ਬਹੁਤ ਵਧੀਆ ਇਨਸਾਨ ਆ, ਦੋਸਤ ਹੈ, ਛੋਟਾ ਭਰਾ ਹੈ ਮੇਰਾ, ਔਰ ਇੱਕ ਵਧੀਆ ਐਕਟਰ ਵੀ ਉਹ ਆਪਦੇ ਆਪ ਨੂੰ ਸਿੱਧ ਕਰ ਚੁੱਕਿਆ। ਅਤੇ ਸੋਸ਼ਲ ਮੀਡੀਆ ਤੋਂ ਕਾਫੀ ਦੂਰ ਵੀ ਕਰ ਰਹੇ ਹਾਂ। ਉਹ ਸਾਊ ਬੰਦਾ ਹੈ ਜੀ, ਬਹੁਤ ਵਧੀਆ ਬੰਦਾ ਉਹ। ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ ਅੱਜ ਕੱਲ੍ਹ ਦੂਰ ਰਹਿੰਦਾ, ਉਹਦੇ ਬਾਰੇ ਤੁਸੀਂ ਆਪ ਹੀ ਸੋਚ ਲਓ ਕਿ ਉਹ ਵਧੀਆ ਬੰਦਾ ਹੀ ਹੋਊਗਾ। ਇਸੇ ਤਰ੍ਹਾਂ ਹੰਸ ਭਾਅ ਜੀ ਰਾਜਨੀਤੀ 'ਚ ਚਲੇ ਗਏ, ਉਸ ਫਿਰ ਚਲੇ ਵੀ ਉਸ ਪਾਰਟੀ ਵਿਸ਼ੇਸ਼ ਦੇ ਨਾਲ ਚਲੇ ਗਏ ਜਿਹਦੇ ਨਾਲ ਮੇਰਾ ਨਹੀਂ ਵਿਚਾਰਤਾਰਕ ਤੌਰ 'ਤੇ ਸਾਂਝ, ਪਰ ਹੰਸ ਭਾਅ ਜੀ ਨਾਲ ਮੇਰੀ ਸਾਂਝ ਹੈਗੀ ਆ। ਉਹਨਾਂ ਦੇ ਲਈ ਮੇਰੇ ਮਨ 'ਚ ਬਹੁਤ ਸਾਰਾ ਪਿਆਰ ਆ, ਬਹੁਤ ਸਤਿਕਾਰ ਆ। ਮੇਰੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ 20 ਸਾਲ ਆ ਜਿਹੜੇ ਉਹ ਮੇਰੇ ਹੰਸ ਭਾਅ ਜੀ ਨੂੰ ਹੀ ਸਮਰਪਿਤ ਹੋਏ ਨੇ। ਇਸ ਤਰ੍ਹਾਂ ਮਤਲਬ ਕੋਸ਼ਿਸ਼ ਕਰੀ ਦੀ ਆ ਕਿ ਰਿਸ਼ਤੇ ਹਮੇਸ਼ਾ ਬਣੇ ਰਹਿਣ, ਪਰ ਜ਼ਰੂਰੀ ਨਹੀਂ ਹੁੰਦਾ ਸਾਰੇ ਰਿਸ਼ਤੇ ਬਣੇ ਰਹਿਣ, ਕੁਛ ਟੁੱਟ ਵੀ ਜਾਂਦੇ ਨੇ ਜੀ। ਪਰ ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ ਕਿ ਮੇਰੇ ਵੱਲੋਂ ਨਾ ਟੁੱਟਣ, ਪਹਿਲ ਮੈਂ ਨਾ ਕਰਾਂ। ਕਈ ਵਾਰੀ ਕੀ ਹੁੰਦਾ, ਪਹਿਲ ਨਾ ਤੁਸੀਂ ਕਰਦੇ ਹੋ ਨਾ ਸਾਹਮਣਾ ਬੰਦਾ ਕਰਦਾ। ਪਹਿਲ ਐਕਚੁਅਲੀ ਪ੍ਰਸਥਿਤੀਆਂ ਕਰਦੀਆਂ ਨੇ, ਹਾਲਾਤ ਕਰਦੇ ਨੇ, ਉਹਦੇ 'ਚ ਗਲਤੀ ਕਿਸੇ ਦੀ ਨਹੀਂ ਹੁੰਦੀ। ਜਦੋਂ ਤੁਸੀਂ ਸਮਾਂ ਨਿਕਲ ਜਾਂਦਾ ਫਿਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਲੱਗਦਾ ਕਿ ਨਹੀਂ ਗਲਤੀ ਕਿਸੇ ਦੀ ਨਹੀਂ ਸੀ, ਐਕਚੁਅਲੀ ਕੋਈ ਸਮਾਂ ਹੀ ਇਹੋ ਜਿਹਾ ਸੀ। ਉਹ ਸਮਾਂ ਇਹੋ ਜਿਹਾ ਸੀ, ਮੈਂ ਅਤੇ ਰਾਣੀ ਰਣਦੀਪ ਅਸੀਂ ਅੱਡ ਹੋ ਗਏ। ਉਹਦੇ 'ਚ ਕੁਛ ਗਲਤੀਆਂ ਮੇਰੀਆਂ ਵੀ ਹੋਣਗੀਆਂ, ਕੁਛ ਉਹਨਾਂ ਦੀਆਂ ਵੀ ਹੋਣਗੀਆਂ, ਪਰ ਗਲਤ ਹੋਇਆ ਜਿਹੜਾ ਕੁਛ ਵੀ ਹੋਇਆ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ, ਕਿਉਂਕਿ ਇਹਦੇ ਨਾਲ ਨੁਕਸਾਨ ਬਹੁਤ ਹੁੰਦਾ। ਮੇਰੇ ਕੈਰੀਅਰ ਦਾ ਵੀ ਬਹੁਤ ਨੁਕਸਾਨ ਹੋਇਆ, ਉਹਨਾਂ ਦੇ ਕੈਰੀਅਰ ਦਾ ਵੀ ਬਹੁਤ ਨੁਕਸਾਨ ਹੋਇਆ, ਔਰ ਪੰਜਾਬੀ ਗਾਇਕੀ ਦਾ ਵੀ ਨੁਕਸਾਨ ਹੋਇਆ। ਪੰਜਾਬੀ ਗਾਇਕੀ ਗੀਤਕਾਰੀ ਨੂੰ
ਹੋਰ ਬਹੁਤ ਸਾਰੀਆਂ ਚੰਗੀਆਂ ਐਲਬਮ ਮਿਲ ਸਕਦੀਆਂ ਸੀਗੀਆਂ। ਸਚਨ ਅਹੁਜਾ ਸਾਹਿਬ ਨਾਲ ਅਸੀਂ ਦੋ ਐਲਬਮ ਕੀਤੀਆਂ ਸੀ, ਹੋ ਸਕਦਾ ਅਸੀਂ 10 ਐਲਬਮ ਕਰਦੇ ਤਾਂ ਪੰਜਾਬੀ ਗੀਤਕਾਰੀ ਗਾਇਕੀ 'ਚ ਸਾਡਾ ਮੁਕਾਮ ਵੀ ਉੱਚਾ ਹੁੰਦਾ ਅਤੇ ਪੰਜਾਬੀ ਗੀਤਕਾਰੀ ਗਾਇਕੀ ਦੇ ਵਿੱਚ ਵੀ ਇਹ ਜਿਹੜਾ ਸੀਗਾ ਵਾਧਾ ਉਹ ਇੱਕ ਵੱਡਮੁੱਲਾ ਵਾਧਾ ਹੁੰਦਾ ਜੀ। ਕਾਫੀ ਸਾਲ ਦਿੱਤੇ ਤੁਸੀਂ ਪੰਜਾਬੀ ਇੰਡਸਟਰੀ ਨੂੰ ਅਤੇ ਕਾਫੀ ਮਾਸਟਰਪੀਸ ਵੀ ਦਿੱਤੇ ਜੀ, ਕੋਈ ਵੀ ਮਲਾਲ ਤੁਹਾਡੇ ਦਿਲ ਦੇ ਵਿੱਚ, ਕੋਈ ਵੀ ਰਿਗਰੈਟ? ਨਹੀਂ, ਰਿਗਰੈਟ ਨਹੀਂ, ਕੋਈ ਰਿਗਰੈਟ ਤਾਂ ਨਹੀਂ ਕਹਿ ਸਕਦੇ। ਬਸ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਕੁਛ ਕੰਮ ਨੇ ਜਿਹੜੇ ਉਹ ਮੈਂ ਬਹੁਤ ਲੇਟ ਕੀਤੇ, ਜਿਹੜੇ ਮੈਨੂੰ ਪਹਿਲਾਂ ਕਰਨੇ ਚਾਹੀਦੇ ਸੀ। ਜਿਸ ਤਰ੍ਹਾਂ ਮੈਂ ਜਦੋਂ ਡਾਇਰੈਕਟਰ ਬਣਿਆ, ਕਿਉਂਕਿ ਮੈਂ ਡਾਇਰੈਕਟਰ ਬਣਨਾ ਸੀ ਜਿਹੜਾ ਸੋਚਿਆ ਉਹ ਉਦੋਂ ਮੈਂ ਬਹੁਤ ਛੋਟਾ ਸੀ। ਮਤਲਬ ਮੈਂ ਬਹੁਤ ਬੰਦਿਆਂ ਨੂੰ ਇਹ ਗੱਲ ਦੱਸੀ ਹੈ ਕਿ ਜਦੋਂ ਸ਼ੋਲੇ ਰਿਲੀਜ਼ ਹੋਈ ਆ ਅਤੇ ਸ਼ੋਲੇ ਨੂੰ ਦੇਖ ਕੇ ਮੈਂ ਕਿਹਾ ਸੀ ਆਪਣੇ ਬਾਪੂ ਨੂੰ ਕਿ ਮੈਂ ਵੀ ਫਿਲਮ ਬਣਾਊਂਗਾ। ਅਤੇ ਸ਼ੋਲੇ 1975 'ਚ ਰਿਲੀਜ਼ ਹੋਈ ਸੀ ਅਤੇ ਮੈਂ ਉਸ ਟਾਈਮ 7-8 ਸਾਲ ਦਾ ਸੀਗਾ। ਅਤੇ ਪਰ ਮੈਂ ਜਦੋਂ ਆਪਦੀ ਫਿਲਮ ਬਣਾਈ ਤਾਂ ਉਦੋਂ ਮੇਰੀ ਉਮਰ 50 ਸਾਲ ਸੀ, ਜੋਰਾ 10 ਨੰਬਰੀਆ। ਤਾਂ ਮੈਨੂੰ ਇਹ ਲੱਗਦਾ ਕਿ ਮੈਨੂੰ 30 ਸਾਲ ਦੀ ਉਮਰ ਦੇ ਵਿੱਚ ਡਾਇਰੈਕਟਰ ਬਣ ਜਾਣਾ ਚਾਹੀਦਾ ਸੀਗਾ। ਮੈਂ ਲੇਟ ਹੋ ਗਿਆ ਕਿਉਂਕਿ ਹਾਲਾਤ ਇੱਦਾਂ ਦੇ ਸੀ, ਮੇਰੇ ਘਰੇਲੂ ਹਾਲਾਤ ਵੀ ਇੱਦਾਂ ਦੇ ਸੀ, ਬਹੁਤ ਚੀਜ਼ਾਂ ਨੇ ਦਾ ਨੁਕਸਾਨ ਵੀ ਹੋਇਆ ਮੈਨੂੰ। ਮੈਨੂੰ ਇੰਨਾ ਕੀ ਹੈ ਬਸ, ਹੋਰ ਕੁਛ ਨਹੀਂ। ਪਰ ਮੈਂ ਦੂਜੇ ਪਾਸੇ ਇਹ ਵੀ ਸੋਚਦਾ ਕਿ ਜਿਹੜਾ ਕੰਮ ਜਿਹੜੇ ਵੇਲੇ ਕੁਦਰਤ ਨੇ ਤੁਹਾਡੇ ਤੋਂ ਕਰਾਉਣਾ ਹੁੰਦਾ ਉਹ ਉਦੋਂ ਹੀ ਕਰਾਉਂਦੀ ਹੈ। ਅਤੇ ਪਰਮਾਤਮਾ ਮੈਨੂੰ ਤੰਦਰੁਸਤੀ ਦੇਵੇ, ਮੈਨੂੰ ਸਮਾਂ ਦੇਵੇ, ਮੈਂ ਜਿਹਨੂੰ ਕਹਿੰਦੇ ਹੁੰਦੇ ਆ ਵੀ ਉਹ ਲੇਟ ਕੱਢ ਸਕਾਂ। ਮੈਂ ਹੁਣ ਬਹੁਤ ਸਾਰਾ ਕੰਮ ਕਰ ਰਿਹਾ ਅਤੇ ਮੈਂ ਉਹ ਓਨੀਆਂ ਹੀ ਫਿਲਮਾਂ ਬਣਾ ਸਕਾਂ ਜਿੰਨੀਆਂ ਮੈਂ ਬਣਾਉਣੀਆਂ ਸੋਚਦਾ, ਹੈ ਨਾ, ਜਿੰਨਾ ਮੈਨੂੰ ਕੁਦਰਤ ਸਮਾਂ ਦੇਵੇ ਜੀ। ਬਿਲਕੁਲ ਸਰ, ਜ਼ੋਰਾ 10 ਨੰਬਰੀਆ ਦੀ ਗੱਲ ਤੁਸੀਂ ਕੀਤੀ ਜੀ, ਤੁਹਾਡੇ ਹਿਸਾਬ ਨਾਲ ਦੀਪ ਸਿੱਧੂ ਜੀ ਦੇ ਨਾਲ ਜ਼ੋਰੇ ਦੀ ਵੀ ਮੌਤ ਹੋ ਗਈ, ਉਸ ਕਰੈਕਟਰ ਦੀ ਵੀ? ਹਾਂਜੀ ਬਿਲਕੁਲ, ਮੈਨੂੰ ਬਹੁਤ ਲੋਕ ਪੁੱਛਦੇ ਨੇ ਕਿ ਜ਼ੋਰਾ ਕਦੋਂ ਆਊਗੀ ਅਗਲਾ 3rd ਚੈਪਟਰ। ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਕਿ ਮੈਂ ਉਸ ਦਿਨ ਹੀ ਤੁਹਾਨੂੰ ਦੱਸਤਾ ਸੀਗਾ ਕਿ ਜਿੱਦਾਂ ਦੀਪ ਦੀ ਡੈਥ ਹੋਈ ਆ, ਉਦੇ ਇਕੱਲੇ ਦੀਪ ਦੀ ਡੈਥ ਨਹੀਂ ਹੋਈ, ਉਦੇ ਦੀਪ ਦੇ ਨਾਲ ਨਾਲ ਜ਼ੋਰੇ ਦੀ ਵੀ ਡੈਥ ਹੋ ਗਈ। ਅਤੇ ਇਸ ਕਰਕੇ ਮੈਂ ਕਹਿਣਾ ਹੁੰਦਾ ਕਿ ਪਲੀਜ਼ ਗੱਲ ਨੂੰ ਸਮਝੋ, ਮੇਰੇ ਤੋਂ ਇਹ ਸਵਾਲ ਹਾਲੇ ਵੀ ਪੁੱਛਦੇ ਨੇ, ਇਸ ਇੰਟਰਵਿਊ ਤੋਂ ਬਾਅਦ ਵੀ ਪੁੱਛਦੇ ਰਹਿਣਗੇ, ਸਾਰੀ ਜ਼ਿੰਦਗੀ ਇਹ ਸਵਾਲ ਪੁੱਛਦੇ ਰਹਿਣਗੇ। ਕਿਉਂਕਿ ਉਹ ਪਿਆਰ ਬਹੁਤ ਕਰਦੇ ਨੇ ਜ਼ੋਰੇ ਨੂੰ ਵੀ, ਦੀਪ ਨੂੰ ਵੀ, ਕਿ ਅਗਲਾ ਕਦੋਂ ਬਣਾਉਂਗੇ ਜ਼ੋਰੇ ਦਾ ਪਾਰਟ। ਪਰ ਮੈਂ ਉਦੋਂ ਹੀ ਕਹਿਤਾ ਸੀ ਕਿ ਜ਼ੋਰਾ ਹੁਣ ਕਦੇ ਨਹੀਂ ਬਣਨੀ, ਕਿਉਂਕਿ ਜ਼ੋਰਾ ਦੀਪ ਤੋਂ ਬਿਨਾਂ ਨਹੀਂ ਬਣ ਸਕਦੀ। ਅਤੇ ਦੀਪ ਇਸ ਧਰਤੀ ਤੋਂ ਚਲਾ ਗਿਆ, ਇਸ ਲਈ ਮੈਂ ਉਸ ਦਿਨ ਕਿਹਾ ਸੀ ਕਿ ਮੇਰੇ ਲਈ ਤਾਂ ਦੋ ਮੌਤਾਂ ਹੋਈਆਂ ਨੇ, ਦੀਪ ਵੀ ਗਿਆ ਅਤੇ ਜ਼ੋਰਾ ਵੀ ਗਿਆ। ਬਹੁਤ ਗਹਿਰੀ ਸਾਂਝ ਸੀ ਤੁਹਾਡੀ ਉਹਨਾਂ ਦੇ ਨਾਲ। ਬਹੁਤ ਜੀ, ਬਹੁਤ ਜ਼ਿਆਦਾ। ਮਤਲਬ ਆਪਣਾ ਜਿਵੇਂ ਕੋਈ ਬਹੁਤ ਖਾਸ, ਜਿਹੜਾ ਤੁਹਾਡੀ ਫੈਮਿਲੀ ਦਾ ਤੁਹਾਡਾ ਬੱਚਾ ਜਾਂ ਤੁਹਾਡਾ ਭਰਾ ਸਕਾ, ਕੁਛ ਵੀ ਕਹਿ ਲਓ, ਜਾਂ ਤੁਹਾਡਾ ਬਹੁਤ ਕੋਈ ਦੋਸਤ, ਕੁਛ ਵੀ ਕਹਿ ਲਓ, ਵੀ ਬਹੁਤ ਜ਼ਿਆਦਾ ਮੈਨੂੰ ਦੁੱਖ ਹੋਇਆ। ਮਤਲਬ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਖ ਆ ਜਿਹੜਾ ਕਿਸੇ ਦੀ ਮੌਤ ਦਾ ਹੋਇਆ। ਮੇਰੇ ਮਾਂ ਬਾਪ ਗਏ ਅਤੇ ਕਈ ਦੋਸਤ ਵੀ ਗਏ ਮੇਰੇ, ਅਤੇ ਪਿਛਲੇ ਦਿਨਾਂ ਦੇ ਵਿੱਚ ਮੇਰਾ ਇੱਕੋ ਇੱਕ ਭਾਣਜਾ ਸੀ, ਉਹਦੀ ਵੀ ਡੈਥ ਹੋਈ।
ਪਰ ਦੀਪ ਦੀ ਮੌਤ ਆ ਜਿਹੜੀ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੇਰਾ ਭਾਵਨਾਤਮਕ ਤੌਰ 'ਤੇ, ਇਮੋਸ਼ਨਲੀ ਮੈਨੂੰ ਬਿਲਕੁਲ ਹੀ ਕ੍ਰੈਸ਼ ਕਰਤਾ। ਹਾਲੇ ਤੱਕ ਵੀ ਮੈਂ ਠੀਕ ਨਹੀਂ ਗਾ, ਮੈਂ ਮੈਂਟਲੀ ਬਹੁਤ ਡਿਸਟਰਬ ਹੋ ਗਿਆ ਸੀ, ਐਨਜ਼ਾਇਟੀ ਹੋ ਗਈ ਸੀ, ਨੀਂਦ ਨਹੀਂ ਆਉਂਦੀ ਅਤੇ ਡਿਪਰੈਸ਼ਨ ਹੋ ਗਿਆ। ਫਿਰ ਮੈਂ ਦਵਾਈ ਲੈ ਕੇ ਆਇਆ ਸੰਗਰੂਰ ਤੋਂ, ਡਾਕਟਰ ਨੇ ਹੋਮਿਓਪੈਥੀ ਦੇ ਬਹੁਤ ਮਸ਼ਹੂਰ, ਉਹਨਾਂ ਤੋਂ ਦਵਾਈ ਲਈ, ਉਹ ਦਵਾਈ ਖਾ ਰਿਹਾ ਮੈਂ। ਪਰ ਜਦੋਂ ਯਾਦ ਆ ਜਾਂਦੀ ਹੈ ਗੱਲ, ਯਾਦ ਹੀ ਰਹਿੰਦੀ ਹੈ ਗੱਲ, ਬਸ ਉਹਨੂੰ ਭੁਲਾ ਕੇ ਕੰਮ ਕਰੀਦਾ। ਫਿਰ ਵੀ ਕਦੇ ਰਾਤ ਨੂੰ ਬੈਠੇ ਜਾਂ ਸੌਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ, ਤਾਂ ਜਦੋਂ ਯਾਦ ਆ ਜਾਂਦਾ ਵੀ ਦੀਪ ਇਸ ਧਰਤੀ 'ਤੇ ਹੈ ਨਹੀਂ ਗਾ, ਤਾਂ ਘਬਰਾਹਟ ਹੋਣ ਲੱਗ ਜਾਂਦੀ ਹੈ। ਹੁਣ ਕਿਵੇਂ ਯਾਦ ਕਰਦੇ ਉਹਨਾਂ ਨੂੰ ਆਪਣੀ ਰਾਈਟਿੰਗ ਦੇ ਥਰੂ? ਨਹੀਂ, ਹਰ ਪਾਸੇ 'ਚ ਹੀ, ਮਤਲਬ ਹਰ ਗੱਲ 'ਚ ਹੀ, ਮੇਰੇ ਘਰ ਦੇ ਬਾਹਰ ਤੁਸੀਂ ਅੰਦਰ ਵੜਦੇ ਸਾਰੀ ਦੀਪ ਦੀ ਪੇਂਟਿੰਗ ਆ, ਅਤੇ ਬੇਸ਼ੱਕ ਇਹ ਨਾਂ ਵੀ ਲੱਗੀ ਹੁੰਦੀ ਤਾਂ ਵੀ ਦੀਪ ਤਾਂ ਮਤਲਬ ਇੱਥੇ ਆ ਮੇਰੇ। ਮੈਂ ਦਿਨ ਵਿੱਚ ਦੀ ਅਸੀਂ 5-7 ਵਾਰੀ ਉਹਦੀ ਗੱਲ ਕਰਦੇ ਹੀ ਹਾਂ ਕਿ ਆਹ ਗੱਲ ਸੀ, ਤਾਂ ਉਹ ਐਂ ਕਦੇ ਉਦੋਂ ਹੱਸ ਕੇ ਯਾਦ ਕਰਦੇ ਹਾਂ ਕਿ ਫਲਾਨੀ ਗੱਲ 'ਤੇ ਉਹਨੇ ਆਹ ਗੱਲ ਕਹੀ ਸੀ। ਕਈ ਵਾਰੀ ਉਹਨੂੰ ਰੋ ਕੇ ਯਾਦ ਕਰਦੇ ਹਾਂ, ਕਈ ਵਾਰੀ ਉਹਨੂੰ ਗੁੱਸੇ 'ਚ ਯਾਦ ਕਰਦੇ ਹਾਂ ਕਿ ਯਾਰ ਉਹ ਫਲਾਨੇ ਵੇਲੇ ਉਹਨੇ ਮੈਨੂੰ ਬਹੁਤ ਤੰਗ ਕੀਤਾ ਸੀ, ਉਹ ਅਸੀਂ ਲੜਦੇ ਵੀ ਬਹੁਤ ਹੁੰਦੇ ਸੀ, ਉਹ ਬੜਾ ਤੰਗ ਕਰਦਾ ਹੁੰਦਾ ਮੈਨੂੰ, ਮਤਲਬ ਉਹਨੇ ਉਹਨੂੰ ਆਦਤ ਸੀਗੀ ਕਿ ਆਹ ਕੰਮ ਹੁਣੇ ਕਰੋ ਸਰ, ਹੁਣੇ ਕਰੋ। ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਕਪੈਸਿਟੀ ਤੋਂ ਜ਼ਿਆਦਾ ਉਹ ਕੰਮ ਕਰਵਾਉਂਦਾ ਮੇਰੇ ਤੋਂ, ਅਤੇ ਉਹ ਕਈ ਵਾਰੀ ਸਾਨੂੰ ਚਿੜ ਚੜ ਜਾਂਦੀ ਸੀ ਕਿ ਯਾਰ ਬੱਸ ਕਰ ਯਾਰ, ਕੱਲ੍ਹ ਨੂੰ ਕਰ ਲਾਂਗੇ, ਪਰ ਉਹਦਾ ਸਟਾਈਲ ਸੀਗਾ। ਹੁਣ ਉਹਦੀਆਂ ਸਾਰੀਆਂ ਉਹਨਾਂ ਉਦੋਂ ਕਈ ਗੱਲਾਂ 'ਤੇ ਆਪਾਂ ਨੂੰ ਗੁੱਸਾ ਆ ਜਾਂਦਾ ਹੁੰਦਾ, ਹੁਣ ਸਾਰੀਆਂ ਹੀ ਗੱਲਾਂ 'ਤੇ ਪਿਆਰ ਆਉਂਦਾ ਜਾਂ ਰੋਣਾ ਆਉਂਦਾ। ਇੱਕ ਆਈਡੋਲੋਜੀ ਸੀ ਉਹਨਾਂ ਦੀ, ਖਾਸ ਕਰ ਪੋਲੀਟੀਕਲ ਆਈਡੋਲੋਜੀ ਜੀ, ਉਸ ਆਈਡੋਲੋਜੀ ਦੇ ਨਾਲ ਤੁਸੀਂ ਕਿੰਨੀ ਕੁ ਸਾਂਝ ਰੱਖਦੇ ਹੋ? ਮੇਰੀ ਬਹੁਤ ਸਾਂਝ ਆ ਉਸ ਨਾਲ। ਉਹ ਦੀਪ ਨੂੰ ਵੀ ਸ਼ੁਰੂ ਤੋਂ ਨਹੀਂ ਸੀਗਾ ਉੱਦਾਂ ਦਾ, ਦੀਪ ਨੂੰ ਵੀ ਬਾਅਦ ਦੇ ਵਿੱਚ ਉਸ ਆਈਡੋਲੋਜੀ ਨਾਲ ਉਹਦੀ ਸਾਂਝ ਪਈ, ਕਿਉਂਕਿ ਜਦੋਂ ਮੈਂ ਗਿਆ ਬੋਂਬੇ ਜਾਂ ਮੈਂ ਪਹਿਲੀ ਵਾਰੀ ਉਹਨੂੰ ਮਿਲਿਆ ਤਾਂ ਉਹ ਇੱਕ ਆਮ ਹੀ ਬੰਦਾ ਸੀਗਾ, ਜਿਵੇਂ ਰਾਸ਼ਟਰਵਾਦੀ ਜੇ ਬੰਦੇ ਹੁੰਦੇ ਆ। ਪਰ ਉਹਨੂੰ ਹੌਲੀ ਹੌਲੀ ਇਹ ਗੱਲ ਦੀ ਸਮਝ ਆਈ, ਕਈ ਵਾਰੀ ਸਾਡੀ ਗੱਲ ਹੁੰਦੀ ਹੁੰਦੀ ਸੀ, ਮੈਂ ਉਸ ਗੱਲ ਬਾਰੇ ਪਹਿਲਾਂ ਕਲੀਅਰ ਸੀਗਾ। ਮੇਰੇ ਬਾਪੂ ਜੀ ਇੱਕ ਬਹੁਤ ਕਮਿਟਡ ਕਾਮਰੇਡ ਰਹੇ ਨੇ, ਪਰ ਉਹ ਪਿਛਲੇ ਜਿਹੜੇ ਆਪਦੀ ਉਮਰ ਦੇ ਉਹਨਾਂ ਦੇ 8 ਸਾਲ ਸੀਗੇ ਜੀ, ਉਦੋਂ ਉਹ ਘਰੇ ਬੈਠ ਗਏ ਸੀ ਕਮਿਊਨਿਸਟ ਪਾਰਟੀ ਨੂੰ ਛੱਡ ਕੇ, ਨਾ ਪੈਸਿਵ ਹੋ ਗਏ ਸੀ ਉਹ, ਕਿ ਉਹਨਾਂ ਨੂੰ ਲੱਗਦਾ ਸੀ ਕਿ ਠੀਕ ਨਹੀਂ ਕੰਮ ਕਰ ਰਹੀਆਂ। ਤਾਂ ਮੇਰੀ ਉਹਨਾਂ ਨਾਲ ਉਦੋਂ ਗੱਲ ਹੁੰਦੀ ਹੁੰਦੀ ਸੀ, ਅਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਬਹੁਤ ਗਲਤ ਕੰਮ ਕੀਤੇ ਆ ਬੀਇੰਗ ਏ ਕਮਿਊਨਿਸਟ, ਤੁਹਾਨੂੰ ਕਮਿਊਨਿਸਟ ਪਾਰਟੀਆਂ ਨੇ ਬਹੁਤ ਗਲਤ ਗੱਲ ਕੀਤੀਆਂ ਨੇ ਪੰਜਾਬ ਬਾਰੇ ਜਾਂ ਸਿੱਖਿਜ਼ਮ ਬਾਰੇ, ਤੁਹਾਡੇ ਜਿਹੜੇ ਸਟੈਂਡ ਜਾਂ ਤੁਹਾਡੇ ਜਿਹੜੇ ਬਿਆਨ ਨੇ ਉਹ ਸਹੀ ਨਹੀਂ ਸੀਗੇ। ਅਤੇ ਚੰਗੀ ਗੱਲ ਇਹ ਸੀ ਕਿ ਮੇਰੇ ਬਾਪੂ ਜੀ ਇਹ ਗੱਲ ਮੰਨ ਜਾਂਦੇ ਸੀ ਜੀ, ਕਿ ਉਹ ਅੜਦੇ ਨਹੀਂ ਸੀ ਮੇਰੇ ਨਾਲ, ਕਿਉਂਕਿ ਉਹ ਬਹੁਤ ਹੀ ਦਲੀਲ ਨਾਲ ਗੱਲ ਕਰਨ ਵਾਲੇ, ਬਹੁਤ ਹੀ ਵਿਗਿਆਨਕ ਸੋਚ ਵਾਲੇ ਬੰਦੇ ਸੀ, ਤਾਂ ਉਹ ਮੰਨ ਜਾਂਦੇ ਸੀ ਮੇਰੀ ਇਹ ਗੱਲ। ਉਹ ਮੰਨਦੇ ਸੀ ਕਿ ਹਾਂ ਸਾਡੇ ਤੋਂ ਗਲਤੀਆਂ ਹੋਈਆਂ ਨੇ, ਜਿੱਦਾਂ ਰਸ਼ੀਆ ਬਾਰੇ ਕੁਛ ਗੱਲਾਂ ਹੁੰਦੀਆਂ ਸੀ, ਜਾਂ ਉਸ ਟਾਈਮ ਇੱਕ ਟਾਈਮ ਇਹ ਜਿਹਾ ਹੁੰਦਾ ਸੀਗਾ ਕਿ ਕਾਮਰੇਡਾਂ ਨੂੰ ਰਸ਼ੀਆ ਐਂ ਲੱਗਦਾ ਸੀ ਕਿ ਜਿਵੇਂ ਰੱਬ ਦਾ ਘਰ ਹੁੰਦਾ, ਹੈ ਨਾ। ਸਟਾਲਿਨ ਵੀ ਉਹਨਾਂ ਨੂੰ ਐਂ ਲੱਗਦਾ ਸੀ ਕਿ ਉਹ ਬਹੁਤ ਸਹੀ ਬੰਦਾ ਸੀ,
ਪਰ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਜਦੋਂ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਆਈ ਤਾਂ ਕਮਿਊਨਿਜ਼ਮ ਦਾ ਸਾਰਾ ਜਿਹੜਾ ਢਾਂਚਾ ਸੀ ਉਹ ਟੁੱਟਿਆ ਅਤੇ ਸਟਾਲਿਨ ਵਰਗੇ ਜਿਹੜੇ ਸੀਗੇ ਉਹਨਾਂ ਦਾ ਜਦੋਂ ਸਾਰੀ ਗੱਲ ਸਾਹਮਣੇ ਆਈ ਤਾਂ ਬਹੁਤ ਸਾਰੇ ਕਾਮਰੇਡ ਨੇ ਜਿਹੜੇ ਉਹ ਇਹ ਗੱਲ ਨੂੰ ਮੰਨ ਗਏ ਕਿ ਅਸੀਂ ਗਲਤ ਸੀਗੇ ਅਤੇ ਮੇਰੇ ਬਾਪੂ ਜੀ ਵੀ ਉਹਨਾਂ 'ਚੋਂ ਹੀ ਸੀਗੇ ਅਤੇ ਇੱਕ ਸਾਡੇ ਬਹੁਤ ਹੀ ਵਿਦਵਾਨ ਨੇ ਸਰਦਾਰ ਅਜਮੇਰ ਸਿੰਘ ਉਹ ਵੀ ਪਹਿਲਾਂ ਕਮਿਊਨਿਸਟ ਹੁੰਦੇ ਸੀ ਹੁਣ ਉਹ ਸਿੱਖਇਜ਼ਮ ਬਾਰੇ ਔਰ ਜਿਹੜਾ ਇੱਕ ਖਾੜਕੂ ਧੜਾ ਹੈਗਾ ਸਿੱਖਾਂ ਦਾ ਉਹਦੇ ਬਾਰੇ ਉਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ ਨੇ ਕੰਮ ਕੀਤਾ ਅਤੇ ਉਹ ਇੱਕ ਕਿਤਾਬ ਉਹਨਾਂ ਨੇ ਲਿਖੀ ਉਦੋਂ ਬਾਪੂ ਜੀ ਨੂੰ ਥੋੜ੍ਹਾ ਟਾਈਮ ਹੀ ਹੋ ਗਿਆ ਸੀ ਗਿਆ ਨੂੰ ਅਤੇ ਉਹ ਕਿਤਾਬ ਬਠਿੰਡੇ ਰਿਲੀਜ਼ ਹੋਈ ਤਾਂ ਉਹ ਮੈਨੂੰ ਕਹਿੰਦੇ ਸੋਰੀ ਯਾਰ ਇਸ ਕਿਤਾਬ ਦੇ ਵਿੱਚ ਨਾ ਮੈਂ ਤੇਰੇ ਬਾਪੂ ਜੀ ਦੇ ਵਿਰੁੱਧ ਲਿਖਿਆ ਕੁਛ ਤਾਂ ਮੈਂ ਕਿਹਾ ਜੀ ਕੋਈ ਗੱਲ ਨਹੀਂ ਵਿਚਾਰਧਾਰਕ ਤੌਰ 'ਤੇ ਮੇਰੀ ਵੀ ਸਾਰੀਆਂ ਗੱਲਾਂ ਮੇਰੇ ਬਾਪੂ ਜੀ ਨਾਲ ਨਹੀਂ ਸੀ ਮਿਲਦੀਆਂ ਸਾਡਾ ਵੀ ਆਪਸ ਵਿੱਚ ਦੀ ਵਿਰੋਧ ਸੀ ਕੋਈ ਗੱਲ ਨਹੀਂ ਜੇ ਤੁਸੀਂ ਲਿਖਤੀ ਤਾਂ ਠੀਕ ਆ ਤੁਹਾਡੀ ਗੱਲ ਅੱਜ ਬਾਪੂ ਜੀ ਤਾਂ ਹੈ ਨਹੀਂ ਗੇ ਇਸ ਗੱਲ ਦਾ ਜਵਾਬ ਦੇਣ ਲਈ ਪਰ ਮੈਂ ਇਸ ਗੱਲ ਨੂੰ ਮੰਨਦਾ ਕਿ ਵਿਚਾਰਧਾਰਕ ਤੌਰ 'ਤੇ ਭਰਾ ਦੀ ਭਰਾ ਨਾਲ ਪਿਤਾ ਦੀ ਪੁੱਤ ਨਾਲ ਹੈ ਨਾ ਕਿਸੇ ਦੀ ਵੀ ਕਿਸੇ ਨਾਲ ਜਿਹੜੀ ਆ ਉਹ ਜ਼ਰੂਰੀ ਨਹੀਂ ਕਿ ਗੱਲ ਆ ਜਿਹੜੀ ਉਹ ਮੇਲ ਖਾਵੇ ਉਹਦਾ ਵਿਰੋਧ ਵੀ ਹੋ ਸਕਦਾ ਇੱਕ ਦੂਜੇ ਔਰ ਇਹ ਚੰਗੀ ਗੱਲ ਹੁੰਦੀ ਆ ਇੱਕ ਸਿਹਤਮੰਦ ਜਿਹੜੀ ਬਹਿਸ ਆ ਉਹ ਹੋਣੀ ਚਾਹੀਦੀ ਹੈ ਜੀ ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਕਿ ਸੋਸ਼ਲ ਮੀਡੀਆ 'ਤੇ ਸਿਹਤਮੰਦ ਬਹਿਸ ਹੁੰਦੀ ਨਹੀਂ ਅੱਜ ਕੱਲ੍ਹ ਇੱਕ ਦੂਜੇ ਨੂੰ ਗਾਲਾਂ ਦੇਣ ਲੱਗ ਜਾਂਦੇ ਆ ਨਕਲੀ ਆਈਡੀਆਂ ਬਣਾ ਕੇ ਮਾਵਾਂ ਭੈਣਾਂ ਤੱਕ ਜਾਂਦੇ ਆ ਉਹ ਬਹੁਤ ਗਲਤ ਗੱਲ ਆ ਔਰ ਨਾ ਉਹਨਾਂ ਦੇ ਵਿੱਚ ਜਿਹੜੇ ਸਿੱਖ ਹੁੰਦੇ ਆ ਸਿੱਖੀ ਦੇ ਬਾਰੇ ਬੋਲ ਰਹੇ ਹੁੰਦੇ ਆ ਨਾ ਉਹਨਾਂ ਨੂੰ ਸਿੱਖਇਜ਼ਮ ਦਾ ਪਤਾ ਹੁੰਦਾ ਜਿਹੜੇ ਕਾਮਰੇਡ ਬੋਲ ਰਹੇ ਹੁੰਦੇ ਆ ਹੈ ਨਾ ਕਮਿਊਨਿਜ਼ਮ ਦੇ ਹੱਕ 'ਚ ਉਹਨਾਂ ਨੂੰ ਕਮਿਊਨਿਜ਼ਮ ਦਾ ਨਹੀਂ ਪਤਾ ਹੁੰਦਾ ਪਰ ਇੱਕ ਬਹਿਸ ਆ ਖਾਸ ਕਰਕੇ ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ ਬਿਲਕੁਲ ਉਦੋਂ ਤੋਂ ਇੱਕ ਬਹਿਸ ਬਹੁਤ ਭਾਰੀ ਇਹ ਜਿਹੜੀ ਆ ਸ਼ੁਰੂ ਹੋ ਗਈ ਕਾਮਰੇਡ ਵਰਸਿਸ ਸਿੱਖ ਖਾਸ ਕਰਕੇ ਖਾਲਿਸਤਾਨੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਿੱਖ ਅਤੇ ਦੀਪ ਵੀ ਇਸੇ ਕਰਕੇ ਹੀ ਦੀਪ ਦਾ ਬਹੁਤ ਵਿਰੋਧ ਹੋਇਆ ਕਿਉਂਕਿ ਜਥੇਬੰਦੀਆਂ ਸੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਲਗਭਗ ਖੱਬੇ ਪੱਖੀ ਕਮਿਊਨਿਸਟਾਂ ਨਾਲ ਸੰਬੰਧਿਤ ਸੀਗੀਆਂ ਉਸ ਗੱਲ ਕਰਕੇ ਮੈਨੂੰ ਵੀ ਬਹੁਤ ਹੱਦ ਤੱਕ ਮੇਰਾ ਵੀ ਵਿਰੋਧ ਹੁੰਦਾ ਅੱਜ ਵੀ ਕਿ ਉਹ ਲੋਕ ਜਿਹੜੇ ਮੈਨੂੰ ਇਹ ਸਮਝਦੇ ਨੇ ਕਿ ਇਹ ਤਾਂ ਕਾਮਰੇਡ ਹੁੰਦਾ ਸੀ ਹੁਣ ਇਹ ਉਹਨਾਂ ਦੇ ਪੱਖ 'ਚ ਕਿਉਂ ਹੋ ਗਿਆ ਸਿੱਖਾਂ ਦੇ ਜਾਂ ਉਹਨਾਂ ਨੂੰ ਲੱਗਦਾ ਕਿ ਦੀਪ ਦੇ ਹੱਕ 'ਚ ਕਿਉਂ ਹੋ ਗਿਆ ਉਹ ਮੇਰਾ ਵਿਰੋਧ ਕਰਦੇ ਨੇ ਤਾਂ ਉਹ ਬੜਾ ਘਟੀਆ ਲੈਵਲ ਦਾ ਵਿਰੋਧ ਹੁੰਦਾ ਬਹੁਤ ਘਟੀਆ ਤਰੀਕੇ ਹੁੰਦੇ ਆ ਉਹਨਾਂ ਦੇ ਮਤਲਬ ਨਕਲੀ ਆਈਡੀਆਂ ਬਣਾ ਕੇ ਗਾਲਾਂ ਦੇਣੀਆਂ ਜਾਂ ਕਹਿਣਾ ਕਿ ਤੈਨੂੰ ਤਾਂ ਕੁਛ ਨਹੀਂ ਆਉਂਦਾ ਤੂੰ ਤਾਂ ਫਲਾਪ ਡਾਇਰੈਕਟਰ ਆ ਤੂੰ ਤਾਂ ਫਲਾਨਾ ਤੂੰ ਤਾਂ ਟਗਾਣਾ ਇਹੋ ਜਿਹੀਆਂ ਘਟੀਆ ਗੱਲਾਂ ਕਰਨੀਆਂ ਤਾਂ ਮੈਨੂੰ ਬੜਾ ਹੁੰਦਾ ਵੀ ਕੀ ਲੋਕ ਨੇ ਇਹ ਯਾਰ ਨਾ ਇਹਨਾਂ ਨੂੰ ਕਾਮਰੇਡ ਹੋ ਗਏ ਕਾਮਰੇਡਾਂ ਦਾ ਨਹੀਂ ਪਤਾ ਕਮਿਊਨਿਜ਼ਮ ਬਾਰੇ ਨਹੀਂ ਪਤਾ ਉੱਧਰ ਜਿਹੜੇ ਸਿੱਖ ਬਣ ਕੇ ਜਾਂ ਸਿੱਖਾਂ ਦੇ ਬਾਬਿਆਂ ਦੀਆਂ ਆਪਣੀਆਂ ਜਾਂ ਗੁਰੂਆਂ ਪੀਰਾਂ ਦੀਆਂ ਜਾਂ ਯੋਧਿਆਂ ਦੀਆਂ ਫੋਟੋਆਂ ਲਾ ਕੇ ਆਈਡੀਆਂ ਅਤੇ ਜਿਹੜੀਆਂ ਉਹ ਧੀਆਂ ਭੈਣਾਂ ਨੂੰ ਗਲਤ ਲਿਖੀ ਜਾਂਦੇ ਹੁੰਦੇ ਆ ਉਹ ਵੀ ਬਹੁਤ ਮਾੜੀ ਗੱਲ ਆ ਅਤੇ ਮੈਂ ਹੁਣ ਸੁਚੇਤ ਤੌਰ 'ਤੇ ਸਾਰੇ ਕਾਸੇ ਤੋਂ ਦੂਰ ਹੋ ਗਿਆ ਕਿਉਂਕਿ ਮੇਰੇ ਦੋਸਤ ਮਿੱਤਰ ਵੀ ਸਾਰੇ ਮੈਨੂੰ ਕਹਿੰਦੇ ਆ ਕਿ ਤੂੰ ਸੋਸ਼ਲ ਮੀਡੀਆ ਤੋਂ ਦੂਰ ਹੋ ਜਾ ਤੂੰ ਇਮੋਸ਼ਨਲ ਬੰਦਾ ਇਹ ਤੇਰੇ ਕੰਮ ਦਾ ਨਹੀਂ ਗਾ
ਤੈਨੂੰ ਹੋਰ ਦੁੱਖ ਦੇਊਗਾ ਇਹ, ਤੂੰ ਇਹਦੇ 'ਤੇ ਬਹੁਤ ਪਰਸਨਲ ਗੱਲਾਂ ਲਿਖ ਦਿੰਦਾ, ਪਰ ਲੋਕ ਬਹੁਤ ਮਾੜੇ ਨੇ। ਇਸ ਕਰਕੇ ਮੈਂ ਸੁਚੇਤ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਹੁਣ ਦੂਰ ਹਾਂ। ਮੈਂ ਕੋਸ਼ਿਸ਼ ਕਰਦਾ ਕਿ ਉਹਦੇ 'ਤੇ ਕੋਈ ਸਟੇਟਸ ਨਾ ਪਾਵਾਂ, ਕੁਛ ਵੀ ਨਾ ਲਿਖਾਂ, ਬਸ ਆਪਦੇ ਆਪਦੀ ਫਿਲਮ ਜਾਂ ਆਪਦੀ ਕਿਤਾਬ ਜਾਂ ਆਪਦੀ ਕੋਈ ਰਚਨਾ ਸਾਂਝੀ ਕਰ ਦਿੰਦਾ। ਅਦਰਵਾਈਜ਼ ਮੈਂ ਹੁਣ ਨਹੀਂ ਕਰੂੰਗਾ ਆਉਣ ਵਾਲੇ ਟਾਈਮ 'ਚ, ਕਿਉਂਕਿ ਮੇਰੇ ਕੋਲ ਕੰਮ ਬਹੁਤ ਜ਼ਿਆਦਾ, ਮੇਰੀਆਂ ਫਿਲਮਾਂ, ਮੇਰੀਆਂ ਵੈੱਬ ਸੀਰੀਜ਼, ਮੇਰੀਆਂ ਕਿਤਾਬਾਂ ਆਉਣ ਵਾਲੇ ਟਾਈਮ 'ਚ ਜਿਹੜੀਆਂ ਛਪਣੀਆਂ ਨੇ, ਉਹ ਬਹੁਤ ਕੰਮ ਆ ਮੇਰੇ ਕੋਲ ਪਰਮਾਤਮਾ ਦੀ ਮਿਹਰ ਨਾਲ। ਇਸ ਕਰਕੇ ਸੋਸ਼ਲ ਮੀਡੀਆ ਦੀ ਗਲਤਾਨ ਤੋਂ ਮੈਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ। ਸਿੱਖੀਜ਼ਮ ਨੂੰ ਲੈ ਕੇ ਸਰ ਤੁਹਾਡੀ ਕੀ ਆਈਡੀਓਲੋਜੀ ਹੈ? ਸਿੱਖੀਜ਼ਮ ਬਹੁਤ ਮਾਣ ਦੀ ਗੱਲ ਆ, ਖਾਸ ਕਰਕੇ ਸਾਡਾ ਜਿਹੜਾ ਇਤਿਹਾਸ ਆ ਉਹ ਬਹੁਤ ਵੱਡਾ, ਮਤਲਬ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਗੁਰੂਆਂ ਦੇ ਸਿੰਘ ਹਾਂ, ਹੈ ਨਾ। ਸਾਡੇ ਜਿਹੜੇ ਵੱਡੇ ਨੇ, ਜਿਨ੍ਹਾਂ ਨੇ ਜਿਹੜਾ ਸਾਡਾ ਵਿਰਸਾ ਉਹ ਕਿੱਡਾ ਮਹਾਨ ਆ, ਸਾਡੇ ਸ਼ਹੀਦ ਸਿੰਘ ਸੂਰਬੀਰ ਕਿੰਨੇ ਮਹਾਨ ਸੀਗੇ, ਅਤੇ ਸਾਨੂੰ ਇਸ ਗੱਲ 'ਤੇ ਹੀ ਮਾਣ ਹੋਣਾ ਚਾਹੀਦਾ। ਪਰ ਸਾਨੂੰ, ਮੈਨੂੰ ਲੱਗਦਾ, ਇਹ ਨਹੀਂ ਕਰਨਾ ਚਾਹੀਦਾ, ਇਸ ਕਿਸਮ ਦੀ ਹੈਂਕੜ ਨਹੀਂ ਹੋਣੀ ਚਾਹੀਦੀ ਕਿ ਸਿਰਫ ਸਿੱਖ ਹੀ ਵਧੀਆ ਨੇ, ਬਾਕੀ ਸਾਰੀ ਦੁਨੀਆ ਘਟੀਆ, ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ ਉਵੇਂ ਜਿਵੇਂ ਹਿੰਦੂਆਂ ਨੂੰ ਵੀ ਇਹ ਨਹੀਂ ਕਰਨਾ ਚਾਹੀਦਾ ਕਿ ਸਿਰਫ ਹਿੰਦੂ ਹੀ ਵਧੀਆ ਨੇ, ਬਾਕੀ ਦੁਨੀਆ ਮਾੜੀ ਆ। ਮੁਸਲਮਾਨਾਂ ਨੂੰ ਨਹੀਂ ਇਹ ਕਰਨਾ ਚਾਹੀਦਾ ਕਿ ਮੁਸਲਮਾਨ ਹੀ ਵਧੀਆ ਨੇ। ਇਹ ਜਿਹੜਾ ਇਸ ਕਿਸਮ ਦਾ ਡਾਇਲੋਗ ਚੱਲਦਾ ਸੋਸ਼ਲ ਮੀਡੀਆ 'ਤੇ, ਉਹ ਮੈਨੂੰ ਬਹੁਤ ਬੁਰਾ ਲੱਗਦਾ। ਪਰ ਸਿੱਖ ਹੋਣਾ ਔਰ ਸਿੱਖੀ ਨੂੰ ਸਮਝਣਾ, ਇਹ ਬਹੁਤ ਮਾਣਯੋਗ ਗੱਲ ਆ ਜੀ। ਸਾਡਾ ਇਤਿਹਾਸ ਬਹੁਤ ਮਹਾਨ ਆ, ਉਸ ਇਤਿਹਾਸ ਦੇ ਵਾਰਸ ਹੋਣਾ ਬਹੁਤ ਵੱਡੀ ਗੱਲ ਆ ਜੀ, ਬਸ਼ਰਤੇ ਸਾਨੂੰ ਸਮਝ ਹੋਵੇ, ਅਸੀਂ ਪੜ੍ਹਿਆ ਹੋਵੇ ਉਹ ਸਾਰਾ ਕੁਛ। ਸਾਡੀ ਪ੍ਰੋਬਲਮ ਲੋਕਾਂ ਦੀ, ਸਾਡਿਆਂ ਦੀ ਇਹ ਆ ਕਿ ਉਹ ਪੜ੍ਹਦੇ ਨਹੀਂ, ਉਹ ਵੈਸੇ ਹੀ ਮਾਣ ਕਰੀ ਜਾਂਦੇ ਆ। ਉਹਨਾਂ ਨੂੰ ਐਂ ਨਹੀਂ ਪਤਾ ਵੀ ਕਿਹੜੀ ਗੱਲ 'ਤੇ ਮਾਣ ਕਰਨਾ ਅਤੇ ਉਹ ਗੱਲ ਦਾ ਅਸਲ ਕੀ ਮਕਸਦ ਆ, ਉਹ ਕਿਵੇਂ ਵਾਪਰੀ ਸੀ, ਕੀ ਪ੍ਰਕਿਰਿਆ ਸੀਗੀ ਜਿਸ ਟਾਈਮ ਉਹ ਇਤਿਹਾਸ ਦੇ ਵਿੱਚ ਵਾਪਰੀ। ਮੰਨ ਲਓ ਇੱਕ ਗੱਲ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਜੀ ਜਿਹੜੇ ਮੁਸਲਮਾਨ ਸੀਗੇ ਅਬਦਾਲੀ ਵਰਗੇ, ਉਹ ਸਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ, ਖਾਸ ਕਰਕੇ ਹਿੰਦੂਆਂ ਨੂੰ, ਅਤੇ ਉਦੋਂ ਸਿੱਖ ਜਿਹੜੇ ਸੀਗੇ ਉਹ ਛਡਾਉਂਦੇ ਸੀ, ਤਾਂ ਇਹ ਗੱਲ ਨੂੰ ਐਂ ਹੀ ਕਰਨਾ ਚਾਹੀਦਾ, ਹੈ ਨਾ, ਕਿ ਯੋਧੇ ਸੀ ਉਹ ਹਰ ਦੀ ਭੈਣ ਨੂੰ ਛਡਾਉਂਦੇ ਸੀਗੇ, ਹੈ ਨਾ, ਜਿਹੜਿਆਂ ਨੂੰ ਉਹ ਦੂਜੇ ਪਾਸੇ ਜ਼ਾਲਮ ਸੀ, ਉਹ ਜ਼ਾਲਮ ਕੋਈ ਵੀ ਹੋ ਸਕਦਾ, ਹੈ ਨਾ। ਮੈਨੂੰ ਲੱਗਦਾ ਅਸੀਂ ਬਾਅਦ ਦੇ ਵਿੱਚ ਜਦੋਂ ਧਰਮ ਦੀ ਰੰਗਤ ਦਿੰਦੇ ਹਾਂ ਕਿ ਹਿੰਦੂ ਸੀ ਉਹ, ਮੁਸਲਮਾਨ ਸੀ ਉਹ, ਸਿੱਖ ਸੀ, ਇਹ ਗੱਲਾਂ ਨੇ ਜਿਹੜੀਆਂ ਛੋਟਾ ਕਰ ਦਿੰਦੀਆਂ ਨੇ ਉਸ ਵਰਤਾਰੇ ਨੂੰ। ਬਿਲਕੁਲ, ਕਿਉਂਕਿ ਤੁਹਾਡਾ ਇਨਸਾਨ ਹੋਣਾ ਜਿਹੜਾ ਉਹ ਵੱਡੀ ਗੱਲ ਆ, ਵਧੀਆ ਗੱਲ ਆ। ਪਰ ਮੈਂ ਇੱਕ ਗੱਲ ਕਹਿਣਾ ਹੁੰਦਾ, ਮੇਰਾ ਇੱਕ ਬਹੁਤ ਛੋਟਾ ਜਿਹਾ ਸੀ ਪਰ ਬੜਾ ਜ਼ਰੂਰੀ ਆਰਟੀਕਲ ਵੀ ਆ, ਮੈਂ ਉਹਦੇ 'ਚ ਕਹਿਣਾ ਹੁੰਦਾ ਕਿ ਸਿੱਖ ਹੋਣਾ ਨਾ ਜਿਹੜਾ, ਇਹਨੂੰ ਸਮਝਣ ਦੀ ਲੋੜ ਹੈ, ਇਹ ਇਨਸਾਨ ਹੋਣ ਤੋਂ ਵੀ ਵਧੀਆ ਗੱਲ ਆ ਜੇ ਤੁਸੀਂ ਸਹੀ ਸਿੱਖ ਹੋ ਤਾਂ। ਮਤਲਬ ਤੁਸੀਂ ਹੋਰਾਂ ਧਰਮਾਂ ਦੇ ਬਰਾਬਰ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਦੇਖੋ ਜੀ ਇਨਸਾਨ ਹੋਣਾ ਸਭ ਤੋਂ ਵਧੀਆ ਗੱਲ ਹੈ, ਪਰ ਜਦੋਂ ਤੁਸੀਂ ਸਿੱਖ ਹੋਣ ਦੇ ਅਰਥ ਸਮਝੋਗੇ ਜਾਂ ਸਿੱਖ ਦੀ ਜਿਹੜੀ ਬਣਨ ਦੀ ਜਿਹੜੀ ਸਾਰੀ ਪ੍ਰਕਿਰਿਆ ਜਾਂ ਉਹਦੇ 'ਚ ਇੱਕ ਸਿੱਖ 'ਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਆ, ਜਦੋਂ ਤੁਸੀਂ ਉਹ ਸਮਝੋਗੇ ਤਾਂ ਫਿਰ ਤੁਸੀਂ ਇਹ ਗੱਲ ਵੀ ਸਮਝੋਗੇ ਕਿ ਸਿੱਖ ਜਿਹੜਾ
ਉਹਨੂੰ ਨਹੀਂ ਇਹ ਕਹਿਣ ਦੀ ਲੋੜ ਕਿ ਇਨਸਾਨ ਹੋਣਾ ਬਹੁਤ ਵਧੀਆ ਗੱਲ ਆ, ਕਿਉਂਕਿ ਸਿੱਖ ਹੋਣਾ ਨਾ ਜਿਹੜਾ ਉਹ ਵਧੀਆ ਇਨਸਾਨ ਹੋਣ ਤੋਂ ਵੀ ਵਧੀਆ ਗੱਲ ਹੈ, ਹੈ ਨਾ। ਇਹ ਇੱਕ ਅੱਡ ਬਹਿਸ ਦਾ ਵਿਸ਼ਾ, ਇਹਦੇ 'ਤੇ ਕਿਤੇ ਅੱਡ ਗੱਲ ਹੋ ਸਕਦੀ ਹੈ, ਪਰ ਮੈਂ ਇਸ ਗੱਲ ਨੂੰ ਐਂ ਮੰਨਦਾ ਹੈਗਾ ਕਿ ਇਹਦੇ 'ਚ ਕੋਈ ਕੱਟੜਤਾ ਨਹੀਂ ਗੀ। ਮੈਂ ਇਹ ਨਹੀਂ ਕਹਿੰਦਾ ਕਿ ਉਹੀ ਗੱਲ ਜਿਵੇਂ ਪਹਿਲਾਂ ਕਹੀ ਆ ਮੈਂ ਕਿ ਸਿੱਖ ਹੋਣਾ ਜ਼ਿਆਦਾ ਵਧੀਆ ਗੱਲ ਆ, ਜਾਂ ਅਸੀਂ ਸਿੱਖ ਹਾਂ ਤਾਂ ਵਧੀਆ ਹੈ, ਤੁਸੀਂ ਹਿੰਦੂ ਹੋ ਜਾਂ ਤੁਸੀਂ ਮੁਸਲਮਾਨ ਹੋ ਤਾਂ ਵਧੀਆ ਨਹੀਂ ਹੋ, ਇਹ ਗੱਲ ਨਹੀਂ ਗਾ ਇਹਦਾ ਮਤਲਬ। ਇਹ ਗੱਲ ਸਮਝਣ ਵਾਲੀ ਆ, ਜਿਹੜੇ ਲੋਕਾਂ ਨੂੰ ਮੇਰੀ ਗੱਲ ਸਮਝ ਆਜੂਗੀ ਉਹਨਾਂ ਨੂੰ ਆਜੂਗੀ, ਜਿਨ੍ਹਾਂ ਨੂੰ ਨਹੀਂ ਆਈ ਉਹ ਕਦੇ ਮੇਰੇ ਨਾਲ ਵਿਅਕਤੀਗਤ ਤੌਰ 'ਤੇ ਮਿਲ ਕੇ ਗੱਲ ਕਰ ਲੈਣ ਕਿ ਮੇਰਾ ਇਸ ਗੱਲ ਦਾ ਮਤਲਬ ਕੀ ਹੈ। ਜਿਵੇਂ ਤੁਸੀਂ ਕਿਹਾ ਕਿ ਇਹ ਕਾਫੀ ਵਾਸਟ ਟੌਪਿਕ ਹੈ, ਇਹਦੇ 'ਤੇ ਜ਼ਰੂਰ ਇੱਕ ਹੋਰ ਪੋਡਕਾਸਟ ਅਸੀਂ ਰੱਖਾਂਗੇ। ਜੀ ਜੀ। ਇਸ ਤੋਂ ਇਲਾਵਾ ਸਰ, ਕਰਾਊਡ ਫੰਡਿੰਗ ਪ੍ਰੋਜੈਕਟ ਤੁਹਾਡਾ ਆ ਰਿਹਾ, ਜੀ ਜੀ, ਉਹ ਇਹ ਆਈਡੀਆ ਕਿਵੇਂ ਕਨਸੀਵ ਕੀਤਾ ਪਹਿਲਾਂ ਤਾਂ? ਜੀ। ਤੇ ਜਿਹੜੀ ਇੰਡਸਟਰੀ ਹੈ ਤੇ ਜਿਹੜੇ ਆਡੀਅנס ਹੈ, ਜੀ, ਉਹ ਇਸ ਉਪਰਾਲੇ ਨੂੰ ਵਾਕਈ ਪੋਜ਼ਿਟਿਵਲੀ ਲਾਉਂਗੇ? ਨਹੀਂ, ਉਹ ਤਾਂ ਗੱਲ ਹੋ ਚੁੱਕੀ ਜੀ, ਉਹਦੇ ਵਿੱਚ 80-90% ਲੋਕਾਂ ਨੇ ਪੋਜ਼ਿਟਿਵ ਹੀ ਲਿਆ। ਓਕੇ। 10-20% 15% ਲੋਕ ਉਹ ਸੀਗੇ ਜਿਹਨਾਂ ਨੇ ਇਹਨੂੰ ਪੋਜ਼ਿਟਿਵਲੀ ਨਹੀਂ ਲਿਆ। ਉਹਨਾਂ ਦੀ ਕੀ ਵਜ੍ਹਾ? ਉਹਨਾਂ ਦੇ ਵਿੱਚ ਵੀ ਜਿਹੜੇ ਸੀਗੇ 5% ਉਹ ਲੋਕ ਸੀ ਜਿਹੜੇ ਮੇਰੇ ਵਿਅਕਤੀਗਤ ਵਿਰੋਧੀ ਸੀ, ਜਾਣ ਬੁੱਝ ਕੇ ਮੇਰਾ ਵਿਰੋਧ ਕਰਦੇ ਸੀ, ਜਾਂ ਕੁਛ ਲੋਕ ਉਹਨਾਂ 'ਚ ਉਹ ਸੀ ਜਿਹੜੇ ਕਦੇ ਮੇਰੇ ਦੋਸਤ ਹੁੰਦੇ ਸੀ ਅਤੇ ਫਿਰ ਮੇਰੇ ਨਾਲੋਂ ਟੁੱਟ ਗਏ। ਅਤੇ ਕਹਿੰਦੇ ਹੁੰਦੇ ਆ ਸਭ ਤੋਂ ਖਤਰਨਾਕ ਦੁਸ਼ਮਣ ਉਹੀ ਹੁੰਦਾ ਜਿਹੜਾ ਕਦੇ ਤੁਹਾਡਾ ਦੋਸਤ ਰਿਹਾ ਹੋਵੇ। ਪਰ ਤੁਸੀਂ, ਮੇਰੀ ਗੱਲ ਬਿਲਕੁਲ ਸਹੀ ਸੀ, ਉਹ ਆ ਹੁਣ ਸਿੱਧ ਵੀ ਹੋ ਗਈ, ਫਿਰ ਦੁਬਾਰਾ ਸਿੱਧ ਹੋ ਗਈ। ਗੁਜਰਾਤ ਦੁੱਧ ਉਤਪਾਦਨ ਸੁਸਾਇਟੀ ਬਣੀ ਸੀ ਅੱਜ ਤੋਂ 1970 ਦੇ ਨੇੜੇ 'ਚ, ਅਤੇ ਜਿਹੜੇ ਪਿੰਡਾਂ ਦੇ ਵਿੱਚ ਦੁੱਧ ਵੇਚਦੇ ਸੀ ਕਿਸਾਨ, ਉਹਨਾਂ ਨੂੰ ਸਮਝਾਉਣ ਲਈ ਗੱਲ ਇੱਕ ਫਿਲਮ ਬਣਾਈ ਗਈ ਸੀ ਸ਼ਿਆਮ ਬੈਨੇਗਲ ਹੋਰਾਂ ਵੱਲੋਂ, ਉਹ ਫਿਲਮ ਦਾ ਨਾਂ ਸੀ ਮੰਥਨ। ਉਹਦੇ ਵਿੱਚ ਗਿਰੀਸ਼ ਕਰਨਾਟ ਜੀ ਸੀਗੇ, ਸਿਮਤਾ ਪਾਟਲ ਸੀ, ਅਤੇ ਨਸੀਰੂਦੀਨ ਸ਼ਾਹ ਵੀ ਸੀਗੇ। ਤਾਂ ਉਹ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਬਣਾਈ ਗਈ ਸੀ, ਅਤੇ ਹੁਣ 40-42 ਸਾਲਾਂ ਬਾਅਦ ਉਹ ਫਿਲਮ ਕਾਂਸ ਫਿਲਮ ਫੈਸਟੀਵਲ 'ਚ ਦਿਖਾਈ ਗਈ ਅਤੇ ਉੱਥੇ ਉਹਨੂੰ ਸਟੈਂਡਿੰਗ ਓਵੇਸ਼ਨ ਮਿਲਿਆ। ਉਸ ਟਾਈਮ ਵੀ ਉਹਨੂੰ ਸ਼ਾਇਦ ਨੈਸ਼ਨਲ ਅਵਾਰਡ ਮਿਲਿਆ ਸੀਗਾ, ਮਤਲਬ ਬਹੁਤ ਜਿਹੜੀਆਂ ਇੱਕ ਉਸ ਟਾਈਮ ਇੱਕ ਆਲਟ ਸਿਨੇਮੇ ਦੀ ਲਹਿਰ ਸੀਗੀ ਜਿਹੜੀ ਪੈਰਲਲ ਚੱਲ ਰਹੀ ਸੀ, ਜਿਹਦੇ 'ਚ ਸ਼ਿਆਮ ਬੈਨੇਗਲ, ਗੋਵਿੰਦ ਨਹਿਲਾਨੀ, ਮ੍ਰਿਣਾਲ ਸੇਨ ਇਹ ਸਾਰੇ ਲੋਕ ਕੰਮ ਕਰ ਰਹੇ ਸੀ। ਉੱਧਰੋਂ ਓਮ ਪੁਰੀ ਸਾਹਿਬ, ਨਸੀਰੂਦੀਨ ਸਾਹਿਬ ਅਤੇ ਸ਼ਬਾਨਾ ਆਜ਼ਮੀ ਜੀ, ਸਿਮਤਾ ਪਾਟਲ, ਰੋਣੀ ਹਟੰਗੜੀ, ਹੈ ਨਾ, ਇਹ ਲੋਕ ਸੀਗੇ, ਇਹ ਐਜ ਐਕਟਰ ਕਰ ਰਹੇ ਸੀ ਫਿਲਮ। ਉਸੇ ਸਮੇਂ 'ਚ ਇਹ ਮੰਥਨ ਬਣੀ ਸੀ ਅਤੇ ਮੈਂ ਇਹ ਗੱਲ ਇੱਥੋਂ ਹੀ ਲਈ ਸੀ ਕਿ ਜੇ ਮੰਥਨ ਬਣ ਸਕਦੀ ਆ ਉਹਨਾਂ ਟਾਈਮਾਂ 'ਚ 1970 'ਚ, ਅਤੇ ਅੱਜ ਵੀ ਫਿਲਮ ਬਣ ਸਕਦੀ ਆ, ਹੈ ਨਾ। ਔਰ ਪੈਸੇ ਇਕੱਠੇ ਹੋਏ ਮੇਰੇ ਕੋਲ, ਪਰ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਜਿੰਨੇ ਦੀ ਫਿਲਮ ਬਣਦੀ ਆ ਉਹਦੇ ਨੇੜ ਤੇੜ ਵੀ ਸੀਗੇ, ਮਤਲਬ ਉਹ ਇਹ ਜੇ ਹਿਸਾਬ ਆ ਵੀ ਜੇ ਮੰਨ ਲਓ 1 ਕਰੋੜ ਚਾਹੀਦਾ ਸੀ ਮੈਨੂੰ ਤਾਂ 10 ਲੱਖ ਹੀ ਇਕੱਠਾ ਹੋਇਆ, ਪਰ ਐਕਸੈਪਟੇਬਿਲਟੀ ਹੋਈ ਲੋਕਾਂ ਦੀ। ਹਾਂਜੀ, ਕਿਉਂਕਿ ਇਹਦੇ ਪਿੱਛੇ ਨਾ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦੇ ਮਨ 'ਚ ਬੇਈਮਾਨੀ ਸੀਗੀ ਅਸਲ 'ਚ, ਉਹ ਇਹ ਨਹੀਂ ਸੀ ਕਿ ਉਹ ਇਸ ਗੱਲ ਨੂੰ ਸਮਝਦੇ ਸੀ
ਤੇ ਉਹ ਕੋਈ ਬਹੁਤ ਹੀ ਸਿਆਣਪ ਨਾਲ ਉਹਨਾਂ ਕੋਲੇ ਕੋਈ ਗੱਲ ਸੀਗੀ ਕਿ ਜਿਹੜੀ ਜੋ ਕਹਿਣ ਕੇ ਅਮਰਦੀਪ ਦੀ ਗੱਲ ਗਲਤ ਆ ਇਹ ਨਹੀਂ ਸੀ। ਉਹ ਸਿੱਧੀ ਹੀ ਗੱਲ ਕਰ ਰਹੇ ਸੀ ਕਿ ਫਿਲਮ ਦੇ ਨਾਂ ਤੇ ਪੈਸੇ ਇਕੱਠੇ ਕਰ ਰਿਹਾ, ਮਤਲਬ ਇਹ ਗੱਲ ਬਹੁਤ ਹੀ ਵਾਹਿਆਤ ਗੱਲ ਆ, ਮਤਲਬ ਮੈਂ ਫਿਲਮ ਦੇ ਨਾਂ ਤੇ ਕਿਉਂ ਪੈਸੇ ਇਕੱਠੇ ਕਰੂੰ, ਮੈਨੂੰ ਪੈਸੇ ਚਾਹੀਦੇ ਹੋਣਗੇ ਮੈਂ ਵੈਸੇ ਹੀ ਮੰਗ ਲੈਣਾ, ਜਦੋਂ ਮੈਂ ਆਰਥਿਕ ਤੌਰ ਤੇ ਕਿਤੇ ਪ੍ਰੋਬਲਮ ਚ ਹੋਣਾ, ਬਾਹਰ ਜਿਹੜੇ ਭੈਣਾਂ ਭਰਾ ਬੈਠੇ ਆ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਯਾਰ ਮੈਨੂੰ ਪੈਸੇ ਦਿਓ, ਉਹ ਮੈਨੂੰ ਪੈਸੇ ਭੇਜ ਦਿੰਦੇ ਆ, ਜਦੋਂ ਮੇਰੇ ਕੋਲ ਪੈਸੇ ਹੁੰਦੇ ਆ ਮੈਂ ਉਹਨਾਂ ਨੂੰ ਵਾਪਸ ਕਰ ਦਿੰਦਾ, ਮਤਲਬ ਮੈਂ ਫਿਲਮ ਦੇ ਨਾਂ ਤੇ ਥੋੜੀ ਪੈਸੇ ਇਕੱਠੇ ਕਰੂੰਗਾ। ਉਹ ਮੈਂ ਜਾਣ ਬੁੱਝ ਕੇ ਕਰ ਰਿਹਾ ਸੀ ਕਿ ਜਿਹੜਾ ਤੁਸੀਂ ਦੇਖੋ ਇਹਦੇ ਪਿੱਛੇ ਇੱਕ ਕਾਰਨ, ਸਾਡੇ ਪੰਜਾਬੀ ਦੇ ਵਿੱਚ ਕਿੰਨੀਆਂ ਫਿਲਮਾਂ ਬਣਦੀਆਂ ਇੱਕ ਸਾਲ ਚ, ਹੁਣ ਸਾਡੀਆਂ ਫਿਲਮਾਂ 100 ਕਰੋੜ ਦਾ ਬਿਜ਼ਨਸ ਵੀ ਕਰਨ ਲੱਗ ਗਈਆਂ, ਪਰ ਜਦੋਂ ਨੈਸ਼ਨਲ ਅਵਾਰਡ ਅਨਾਊਂਸ ਹੁੰਦੇ ਆ ਤੁਸੀਂ ਕਦੇ ਨੋਟ ਕਰਿਓ ਕੋਈ ਸਾਡੀ ਫਿਲਮ ਨਹੀਂ ਹੁੰਦੀ ਉਹਦੇ ਚ, ਇਹਦਾ ਕੀ ਕਾਰਨ ਹੋਇਆ, 300-400 ਫਿਲਮਾਂ ਬਣ ਜਾਂਦੀਆਂ ਨੇ ਸਾਲ ਚ, 200 ਫਿਲਮਾਂ ਬਣ ਜਾਂਦੀਆਂ ਨੇ, ਤੇ ਜਦੋਂ ਨੈਸ਼ਨਲ ਅਵਾਰਡ ਦੀ ਗੱਲ ਆਉਂਦੀ ਉੱਥੇ ਇੱਕ ਵੀ ਪੰਜਾਬੀ ਫਿਲਮ ਨਹੀਂ ਗਈ ਹੁੰਦੀ। ਮੇਰਾ ਮਕਸਦ ਇਹ ਹੈ ਕਿ ਨੈਸ਼ਨਲ ਅਵਾਰਡ ਲਈ ਵੀ ਫਿਲਮ ਭੇਜਣੀ ਆ, ਕਾਂਸ ਫਿਲਮ ਫੈਸਟੀਵਲ 'ਤੇ ਵੀ ਫਿਲਮ ਭੇਜਣੀ ਆ, ਟੋਰਾਂਟੋ ਫਿਲਮ ਫੈਸਟੀਵਲ 'ਤੇ ਵੀ ਫਿਲਮ ਭੇਜਣੀ ਆ, ਔਰ ਕੋਸ਼ਿਸ਼ ਇਹ ਰਹੂਗੀ ਕਿ ਔਸਕਰ ਅਵਾਰਡ ਦੇ ਲਈ ਵੀ ਪੰਜਾਬੀ ਫਿਲਮ ਭੇਜਾਂ ਮੈਂ। ਲੋਕ ਇਸ ਗੱਲ ਬਾਰੇ ਚੇਤਨ ਹੋਣ ਕਿ ਕਿਹੜੀ ਫਿਲਮ ਬਣੀ ਆ ਅਤੇ ਕਿਹੜੀ ਭੇਜੀ ਜਾ ਰਹੀ ਆ, ਇਹਦੇ ਲਈ ਮੈਂ ਲੋਕਾਂ ਨੂੰ ਨਾਲ ਜੋੜਨਾ ਚਾਹੁੰਦਾ ਤਾਂ ਕਿ ਉਹਨਾਂ ਨੂੰ ਯਾਦ ਰਹੇ ਕਿ ਉਹ ਫਿਲਮ ਆ ਜਿਹਦੇ ਲਈ 100 ਰੁਪਇਆ ਅਸੀਂ ਵੀ ਦਿੱਤਾ ਸੀ। ਫਿਲਮ ਗਲੋਬਲ ਹੋਣੀ ਚਾਹੀਦੀ ਹੈ ਕਿ ਪੰਜ, ਕੋਈ ਕਹੇ ਮੈਂ 5000 ਦਿੱਤਾ ਸੀ, ਕੋਈ ਕਹੇ ਮੈਂ 50000 ਦਿੱਤਾ ਸੀ, ਸਾਰਿਆਂ ਦੇ ਮਨ ਚ ਇੱਕ ਫੀਲਿੰਗ ਹੋਵੇ ਕਿ ਅਸੀਂ ਇਸ ਫਿਲਮ ਦੇ ਪ੍ਰੋਡਿਊਸਰ ਆ, ਜਿਹੜੀ ਫਿਲਮ ਇੱਥੋਂ ਤੱਕ ਗਈ। ਜਦੋਂ ਹੋਰ ਭਾਸ਼ਾਵਾਂ ਦੀਆਂ, ਸਟੇਟ ਦੀਆਂ ਛੋਟੀਆਂ ਛੋਟੀਆਂ ਭਾਸ਼ਾਵਾਂ ਨੇ ਜਿਹੜੀਆਂ, ਉਹ ਇੰਨੀਆਂ ਵੱਡੀਆਂ ਮਹਾਨ ਫਿਲਮਾਂ ਬਣਾਉਂਦੇ ਨੇ, ਮਲਿਆਲਮ ਵਾਲੇ, ਉੜੀਆ ਵਾਲੇ, ਹੈ ਨਾ, ਤੇ ਪੰਜਾਬੀ ਜਿੱਥੇ ਗਾਇਕੀ ਇੰਨੀ ਦੁਨੀਆ 'ਚ ਸੁਣੀ ਜਾਂਦੀ ਆ, ਸਾਡੀਆਂ ਫਿਲਮਾਂ ਇੰਨੇ ਪੈਸੇ ਕਮਾ ਰਹੀਆਂ ਨੇ, ਪਰ ਜਦੋਂ ਅਸੀਂ ਕੋਈ ਸਿਆਣੀ ਫਿਲਮ ਦੀ ਗੱਲ ਕਰਦੇ ਹਾਂ, ਕਿਸੇ ਗੰਭੀਰ ਫਿਲਮ ਦੀ ਗੱਲ ਕਰਦੇ ਹਾਂ, ਕਿਸੇ ਅਵਾਰਡ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਹੁੰਦੇ ਹੀ ਨਹੀਂ। ਤੁਸੀਂ ਅੱਜ ਇਹ ਵੀ ਸੋਚ ਕੇ ਦੇਖੋ ਕਿ ਨੈਸ਼ਨਲ ਲੈਵਲ 'ਤੇ ਕੋਈ ਸੰਪੋਜ਼ੀਅਮ ਹੋ ਰਿਹਾ ਸਿਨੇਮਾ ਬਾਰੇ, ਉੱਥੇ ਪੰਜਾਬੀ ਦਾ ਕਿਹੜਾ ਡਾਇਰੈਕਟਰ ਜਾਊਗਾ, ਦੱਸੋ ਕਿਹੜਾ ਐਕਟਰ ਜਾਊਗਾ ਉੱਥੇ, ਰਿਪਰੈਜ਼ੈਂਟੇਸ਼ਨ ਹੈ ਨਹੀਂ ਕੋਈ। ਸਾਡੇ 1-2 ਬੰਦੇ ਨੇ ਜਿਹੜੇ NFDC ਦੇ ਅੰਡਰ ਫਿਲਮਾਂ ਬਣਾਉਂਦੇ ਆ, ਉਹ ਨੈਸ਼ਨਲ ਅਵਾਰਡ ਲੈ ਜਾਂਦੇ ਨੇ, ਉਹਨਾਂ ਦਾ ਪੰਜਾਬ ਨਾਲ ਕੋਈ ਤਾਲੁਕ ਹੀ ਨਹੀਂ ਗਾ, ਉਹ ਪੰਜਾਬ ਤੋਂ ਬਾਹਰ ਹੀ ਰਹਿੰਦੇ ਨੇ, ਕੋਈ ਪੰਜਾਬੀ ਦੀ ਕਹਾਣੀ ਚੁਣਦੇ ਨੇ, ਕੋਈ ਲਿਟਰੇਰੀ ਕਹਾਣੀ ਚੁਣਦੇ ਆ, ਕੋਈ ਨਾਵਲ ਚੁਣਦੇ ਆ, ਫਿਲਮ ਬਣਾਉਂਦੇ ਆ, ਉਹਨੂੰ ਵੱਡੇ ਵੱਡੇ ਅਵਾਰਡਾਂ 'ਚ ਦਿਖਾ ਕੇ ਚਰਚਾ ਕਰਕੇ ਫਿਰ ਪੰਜਾਬ ਤੋਂ ਬਾਹਰ ਬਹਿ ਜਾਂਦੇ ਆ, ਹੈ ਨਾ। ਇਹ ਉਹਨਾਂ ਫਿਲਮਾਂ ਦਾ ਦਰਸ਼ਕਾਂ ਤੱਕ ਪਹੁੰਚ ਨਹੀਂ ਸਕਦੀਆਂ। ਅੰਨੇ ਘੋੜੇ ਦਾ ਦਾਨ ਲੈ ਲਓ, ਹੈ ਨਾ, ਚੌਥੀ ਕੂਟ ਲੈ ਲਓ, ਹੁਣ ਅਰਧ ਚਾਨਣੀ ਰਾਤ ਬਣਾਈ ਆ, ਇਹ ਫਿਲਮਾਂ ਕਿੱਥੇ ਪੰਜਾਬੀ ਦਰਸ਼ਕਾਂ ਤੱਕ ਪਹੁੰਚਦੀਆਂ ਨੇ, ਹੈ ਨਾ। ਦੂਜੇ ਪਾਸੇ ਅਸੀਂ ਆ ਜਿਹੜੇ ਕਮਰਸ਼ੀਅਲੀ ਵੀ ਕੰਮ ਕਰ ਰਹੇ ਹਾਂ, ਜਾਂ ਮੇਰੇ ਤੋਂ ਵੱਧ ਕੰਮ ਕਰ ਰਹੇ ਆ ਜਿਹੜੇ, ਉਹ ਲੋਕ ਵੀ, ਤੇ ਉਹਨਾਂ ਦਾ ਮਕਸਦ ਕੀ ਹੈ, ਉਹਨਾਂ ਦਾ ਮਕਸਦ ਆ ਪੈਸੇ ਕਮਾਉਣਾ, ਫਿਲਮ ਬਣਾਓ ਪੈਸੇ ਕਮਾਓ, ਫਿਲਮ ਬਣਾਓ ਪੈਸੇ ਕਮਾਓ, ਵੱਡੀ ਹੀਰੋਇਨ ਲਓ, ਵੱਡਾ ਗਾਇਕ ਹੀਰੋ ਲਓ, ਫਿਲਮ ਬਣਾਓ, ਉਹਨਾਂ ਦਾ ਵੀ ਕੋਈ ਮਤਲਬ ਨਹੀਂ। ਰਹਿ ਗਏ ਮੇਰੇ ਵਰਗੇ ਬੰਦੇ ਜਿਹੜੇ ਫਿਲਮ ਵੀ
ਸਾਰਥਕ ਬਣਾਉਣੀ ਚਾਹੁੰਦੇ ਆ, ਉਹਨੂੰ ਅਵਾਰਡਾਂ 'ਚ ਵੀ ਲੈ ਕੇ ਜਾਣਾ ਚਾਹੁੰਦੇ ਆ, ਪੰਜਾਬੀ ਭਾਸ਼ਾ ਦਾ ਪੰਜਾਬੀ ਸਿਨੇਮਾ ਦਾ ਜਿਹੜਾ ਹੈਗਾ ਉਹ ਉੱਨਤੀ ਵੀ ਚਾਹੁੰਦੇ ਆ, ਔਰ ਉਹਦਾ ਇੱਕ ਜਿਹੜਾ ਗੁਣਾਤਮਕ ਪੱਖੋਂ ਉਹਦੀ ਤਰੱਕੀ ਵੀ ਚਾਹੁੰਦੇ ਆ, ਹੈ ਨਾ। ਨਹੀਂ ਤਾਂ ਮੈਨੂੰ ਕਿਹੜਾ, ਜਿਹਨੂੰ ਕਹਿੰਦੇ ਹੁੰਦੇ ਆ ਵੀ ਹਲਕੇ ਕੁੱਤੇ ਨੇ ਵੱਢਿਆ, ਮੈਂ ਵੀ ਚੁੱਪ ਕਰਕੇ ਕਮੇਡੀ ਫਿਲਮ ਬਣਾਉਂਦਾ ਗਿੱਪੀ ਗਰੇਵਾਲ ਨਾਲ ਜਾਂ ਐਮੀ ਵਿਰਕ ਨਾਲ ਜਾਂ ਕਿਸੇ ਨਾਲ ਵੀ, ਨੀਰੂ ਬਾਜਵਾ ਜੀ ਨਾਲ। ਮੈਂ ਕਿਉਂ ਐਂ ਤੁਰਿਆ ਫਿਰਦਾ ਕਦੇ ਉਹ ਫਿਲਮ ਪੁੱਠੀਆਂ ਪੁੱਠੀਆਂ ਫਿਲਮਾਂ ਕਿਉਂ ਬਣਾਉਂਦਾ ਮੈਂ? ਕਿਉਂਕਿ ਮੈਂ ਅੰਦਰੋਂ ਫਿਲਮ ਮੇਕਰ ਹਾਂ। ਮੈਂ ਚਾਹੁੰਦਾ ਇਹ ਗੱਲ ਕਿ ਫਿਲਮ ਉੱਦਾਂ ਦੀ ਹੋਣੀ ਚਾਹੀਦੀ ਹੈ ਜਿੱਦਾਂ ਦੀ ਮਲਿਆਲਮ ਦੀ ਫਿਲਮ ਹੁੰਦੀ ਹੈ, ਜਿੱਦਾਂ ਦੀ ਕੰਨੜ ਦੀ ਫਿਲਮ ਹੁੰਦੀ ਹੈ, ਜਿੱਦਾਂ ਦੀ ਬੰਗਾਲੀ ਫਿਲਮ ਹੁੰਦੀ ਹੈ, ਹੈ ਨਾ। ਇਸ ਕਰਕੇ ਸਾਨੂੰ ਜਦੋਂ ਤੁਸੀਂ ਗੱਲ ਕਰਦੇ ਹੋ, ਪੱਤਰਕਾਰ ਪੁੱਛਦੇ ਹੋ ਕਿ ਪੰਜਾਬੀ ਸਿਨੇਮੇ ਦੀ ਜਿਹੜੀ ਤਰੱਕੀ ਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਖੁਸ਼ ਹੋ, ਤਾਂ ਹੋ ਸਕਦਾ ਤੁਹਾਨੂੰ ਬਹੁਤ ਸਾਰੇ ਡਾਇਰੈਕਟਰ ਇਹ ਕਹਿਣ, 99% ਤੁਹਾਨੂੰ ਇਹ ਕਹਿਣ ਕਿ ਬਹੁਤ ਖੁਸ਼ ਹਾਂ ਅਸੀਂ। ਉਹ ਨੇ ਜਿਹੜੇ ਪੈਸੇ ਕਮਾ ਰਹੇ ਨੇ, ਮੈਂ ਨਹੀਂ ਗਾ ਖੁਸ਼, ਕਿਉਂਕਿ ਮੇਰਾ ਮਕਸਦ ਸਿਰਫ ਪੈਸੇ ਕਮਾਉਣਾ ਨਹੀਂ ਗਾ, ਮੇਰਾ ਮਕਸਦ ਇੱਕ ਸਿਨੇਮੇ ਦੀ ਤਰੱਕੀ ਵੀ ਆ, ਟੈਕਨੀਕਲੀ ਵੀ ਤਰੱਕੀ, ਉਹਦਾ ਸਬਜੈਕਟ ਜੋ ਕੁਛ ਹੈਗਾ, ਔਰ ਨੈਸ਼ਨਲ ਲੈਵਲ 'ਤੇ ਹੀ ਨਹੀਂ ਇੰਟਰਨੈਸ਼ਨਲ ਲੈਵਲ 'ਤੇ ਸਾਡੀ ਗਾਇਕੀ ਸਭ ਕੁਝ ਸੁਣ ਰਿਹਾ। ਬਿਲਕੁਲ। ਪਰ ਉਹੀ ਗਾਇਕਾਂ ਨਾਲ ਨੂੰ ਹੀਰੋ ਲੈ ਕੇ ਬਣੀਆਂ ਫਿਲਮਾਂ ਨੇ ਜਿਹੜੀਆਂ, ਉਹ ਸਿਰਫ ਸਾਡੇ ਕੁਛ ਲੋਕ ਸਾਡੇ ਹੀ ਦੇਖਦੇ ਆ, ਉਹ ਬਾਹਰਲੇ ਲੋਕ ਨਹੀਂ ਦੇਖਦੇ। ਕਿਉਂਕਿ ਤੁਸੀਂ ਗੁਲਜ਼ਾਰ ਸਾਹਿਬ ਨੂੰ ਜਾਂ ਜਵੇਦ ਅਖਤਰ ਨੂੰ ਜਾਂ ਕਿਸੇ ਹੋਰ ਵਿਦਵਾਨ ਬੰਦੇ ਨੂੰ ਕਿਹੜੀ ਪੰਜਾਬੀ ਫਿਲਮ ਦਿਖਾਓਗੇ ਦੱਸੋ ਮੈਨੂੰ? ਕਿਹੜੀ ਪੰਜਾਬੀ ਫਿਲਮ ਆ ਜਿਹੜੀ ਤੁਸੀਂ ਜਵੇਦ ਅਖਤਰ ਸਾਹਿਬ ਨੂੰ ਕਹੋਗੇ ਆਹ ਸਾਡੀ ਪੰਜਾਬੀ ਫਿਲਮ ਹੈ ਜੀ, ਇਹਨੂੰ ਦੇਖ ਲਓ, ਇਹ ਸਾਡੀ ਰੀਪ੍ਰਜੈਂਟ ਕਰਦੀ ਫਿਲਮ ਆ, ਹੈ ਨਾ। ਪਰ ਇਹ ਸਵਾਲ ਸਰ ਮੈਂ ਜੇ ਤੁਹਾਡੇ ਤੋਂ ਪੁੱਛਾਂ, ਤੁਸੀਂ ਕਿਹੜੀ ਫਿਲਮ ਦਿਖਾਓਗੇ ਪੰਜਾਬ? ਕੋਈ ਨਹੀਂ ਸਾਡੇ ਕੋਲ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਗੱਲ ਲਈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਜਿਹੜੇ ਬਣਾਉਣਾ ਚਾਹੁੰਦੇ ਹਾਂ ਸਾਡੇ ਕੋਲ ਪੈਸੇ ਨਹੀਂ, ਸਾਡਾ ਕੋਈ ਸਾਥ ਨਹੀਂ ਦਿੰਦਾ। ਅਗਲੇ ਕਹਿੰਦੇ ਜੀ ਸਾਡੀ ਫਿਲਮ 100 ਕਰੋੜ ਕਮਾ ਗਈ, ਮੈਂ ਉਹਨਾਂ ਨੂੰ ਕਹਿਣਾ ਯਾਰ ਕਰੋੜ ਸਾਨੂੰ ਦੇ ਦਿਓ, ਅਸੀਂ ਵੀ ਬਣਾ ਕੇ ਦੇਵਾਂਗੇ ਤੁਹਾਨੂੰ, ਤੁਸੀਂ ਵੀ ਪ੍ਰੋਡਿਊਸਰ ਹੋਵੋਗੇ, ਤੁਹਾਡਾ ਹੀ ਨਾਂ ਹੋਊ ਜੀ, ਪਰ ਫਿਲਮ ਅਸੀਂ ਕਾਂਸ ਫਿਲਮ ਫੈਸਟੀਵਲ 'ਚ ਵੀ ਲੈ ਕੇ ਜਾਵਾਂਗੇ, ਹੋਰ ਫੈਸਟੀਵਲਾਂ 'ਚ ਵੀ ਲੈ ਕੇ ਜਾਵਾਂਗੇ, ਜੋ ਅਵਾਰਡ ਮਿਲ ਗਿਆ ਤਾਂ ਵੀ ਤੁਹਾਡਾ ਹੀ ਨਾਂ ਹੋਊਗਾ, ਪੰਜਾਬੀ ਇੰਡਸਟਰੀ ਦਾ ਹੋਊਗਾ। ਮੈਂ ਤਾਂ ਕਰੋੜ 'ਚੋਂ ਕਿੰਨੇ ਕੁ ਪੈਸੇ ਖਾ ਜੂ, ਪਰ ਜੇ ਤੁਸੀਂ ਨਹੀਂ ਦਿੰਦੇ ਤੇ ਮੈਂ ਕਮਰਸ਼ੀਅਲੀ ਫਿਲਮਾਂ ਬਣਾ ਰਿਹਾ, ਮੇਰੇ ਕੋਲ ਪ੍ਰੋਡਿਊਸਰ ਹੈਗੇ ਆ 4-4 ਕਰੋੜ 5-5 ਕਰੋੜ ਦੀਆਂ ਫਿਲਮਾਂ ਵਾਲੇ, ਪਰ ਉਹਨਾਂ ਦੇ ਪੈਸੇ ਨਹੀਂ ਮੈਂ ਲਵਾਉਣੇ, ਕਿਉਂਕਿ ਉਹ ਮੇਰੇ ਨਾਲ ਗਲੀ ਨੰਬਰ ਕੋਈ ਨਹੀਂ ਵਰਗੀ ਫਿਲਮ ਨਹੀਂ ਬਣਾਉਣੀ ਚਾਹੁੰਦੇ, ਉਹ ਮੇਰੇ ਨਾਲ ਜੋਰਾ ਵਰਗੀ ਫਿਲਮ ਬਣਾਉਣੀ ਚਾਹੁੰਦੇ ਨੇ, ਕਮਰਸ਼ੀਅਲ, ਹਾਂ ਉਹ ਫਿਲਮ ਮੈਂ ਉਹਨਾਂ ਨਾਲ ਬਣਾ ਰਿਹਾ, ਪਰ ਮੇਰਾ ਮਕਸਦ ਆ ਜਿਹੜਾ ਉਹ ਜਿੱਦਾਂ ਦੀ ਫਿਲਮ ਬਣਾਉਣਾ ਉਹ ਮੈਂ ਜਾਣ ਕੇ ਲੋਕਾਂ ਨੂੰ ਜੋੜ ਰਿਹਾ ਜੀ, ਕਿ ਤੁਸੀਂ ਕਹਿੰਦੇ ਹੋ ਨਾ ਕਿ ਪੰਜਾਬੀ ਚੰਗੀਆਂ ਫਿਲਮਾਂ ਨਹੀਂ ਬਣਦੀਆਂ, ਆ ਜਾਓ ਮੈਂ ਬਣਾਉਣਾ, ਸਾਥ ਦਿਓ, ਸਾਥ ਦਿਓ, 100-100 ਰੁਪਇਆ ਪਾਓ, ਹੈ ਨਾ। ਕੁਛ ਟਾਈਮ ਇਹਨਾਂ ਨੇ ਦਿੱਤੇ, ਬਾਅਦ ਦੇ ਵਿੱਚ ਉਹ ਜਿੰਨਿਆਂ ਕੁ ਨੇ ਦੇਣੇ ਸੀ ਉਹ ਪੂਰੇ ਹੋ ਗਏ, ਬਾਅਦ 'ਚ ਕਦੇ ਕੋਈ 1 ਰੁਪਇਆ ਵੀ ਨਹੀਂ ਆਇਆ, ਹੈ ਨਾ। 2 ਕੁ ਮਹੀਨਿਆਂ ਦਾ ਟਾਈਮ ਸੀ ਜਿਹਦੇ 'ਚ ਆਏ ਪੈਸੇ, ਹੁੰਗਾਰਾ ਭਰਿਆ, ਬਹੁਤ ਖੁਸ਼ੀ ਦੀ ਗੱਲ ਆ, ਮੈਂ ਫਿਲਮ ਬਣਾਊਂਗਾ, ਬੇਸ਼ੱਕ 90-80-90 ਲੱਖ ਆ ਜਿਹੜਾ ਉਹ ਮੈਨੂੰ ਕਰਨਾ ਪਊਗਾ ਇਕੱਠਾ, ਪਰ ਮੈਂ ਕਰੂੰਗਾ, ਚਾਹੇ ਉਹ ਮੈਂ ਕਿਸੇ ਪ੍ਰੋਡਕਸ਼ਨ ਹਾਊਸ ਤੋਂ ਲਵਾਂ, ਚਾਹੇ ਉਹ ਮੈਂ ਸਾਗਾ ਤੋਂ ਲਵਾਂ, ਚਾਹੇ ਉਹ ਮੈਂ ਰਿਦਮ ਬੋਇਜ਼ ਨੂੰ ਨਾਲ ਲਾਵਾਂ, ਕਿਸੇ ਨੂੰ ਵੀ ਲਾਵਾਂ, ਮੈਂ ਫਿਲਮ ਬਣਾਊਂਗਾ ਜੀ।
ਕਿਉਂਕਿ ਉਹ ਕਹਾਣੀ ਮੈਨੂੰ ਬਹੁਤ ਪਸੰਦ ਆ, ਉਹਦੇ ਮੈਂ ਰਾਈਟਸ ਖਰੀਦੇ ਆ 1,00,000 ਰੁਪਈਆ ਦੇ ਕੇ ਅਨੇਮਨ ਸਿੰਘ ਤੋਂ, ਉਹ ਮੈਂ ਬਣਾਊਂਗਾ, ਉਸ ਫਿਲਮ ਨੂੰ ਮੈਂ ਨੈਸ਼ਨਲ ਵਾਰਡ 'ਚ ਵੀ ਭੇਜੂੰਗਾ, ਉਹਨੂੰ ਮੈਂ ਕਾਂਸ 'ਚ ਵੀ ਭੇਜੂੰਗਾ, ਜਿੱਥੇ ਵੀ ਮੈਂ ਭੇਜ ਸਕਦਾ ਹੋਇਆ ਉੱਥੇ ਉੱਥੇ ਭੇਜੂੰਗਾ, ਤਾਂ ਕਿ ਤੁਹਾਨੂੰ ਇਹ ਗੱਲ ਪਤਾ ਲੱਗ ਸਕੇ ਕਿ ਜਿਹੜੇ ਅਮਰਦੀਪ ਦੇ ਖਿਲਾਫ਼ ਲੋਕ ਵੀਡੀਓ ਬਣਾ ਬਣਾ ਜਾਂ ਪੋਸਟਾਂ ਪਾ ਪਾ ਇਹ ਕਰਦੇ ਸੀਗੇ ਪੈਸੇ ਖਾਣ ਖਾਤਰ ਬਣਾਉਂਦਾ, ਪਹਿਲੀ ਗੱਲ ਤਾਂ ਉਹ ਮੈਨੂੰ ਜਾਣਦੇ ਨਹੀਂ, ਕਿਉਂਕਿ ਜਿਹੜਾ ਅਮਰਦੀਪ ਨੂੰ ਜਾਣਦਾ ਉਹ ਅਮਰਦੀਪ 'ਤੇ ਇਹ ਇਲਜ਼ਾਮ ਨਹੀਂ ਲਾ ਸਕਦਾ, ਪਰ ਜਿਹੜੇ ਲਾਏ ਆ ਉਹਨਾਂ ਨੂੰ ਪਤਾ ਤਾਂ ਲੱਗੇ ਕਿ ਯਾਰ ਆਹ ਸੀ ਗਲੀ ਨੰਬਰ ਕੋਈ ਨਹੀਂ ਨੈਸ਼ਨਲ ਵਾਰਡ, ਜਿੱਦਾਂ ਨੈਸ਼ਨਲ ਵਾਰਡ ਮਿਲ ਗਿਆ ਗਲੀ ਨੰਬਰ ਕੋਈ ਨੂੰ ਕੋਈ ਨਹੀਂ ਨੂੰ, ਉੱਦਾਂ ਫਿਰ ਉਹ ਕੀ ਜਵਾਬ ਦੇਣਗੇ ਜਿਹੜੇ ਮੇਰੇ ਖਿਲਾਫ਼ ਪੋਸਟਾਂ ਪਾਉਂਦੇ ਸੀ। ਬਿਲਕੁਲ ਹੈ ਨਾ, ਸਾਡਾ ਮਕਸਦ ਹੀ ਇਹ ਆ, ਅਸੀਂ ਛੱਡ ਕੇ ਨਹੀਂ ਭੱਜਣਾ ਮੈਦਾਨ, ਅਸੀਂ ਉਹਨਾਂ ਲੋਕਾਂ ਨੂੰ ਝੂਠਾ ਸਿੱਧ ਕਰਨਾ ਕਿ ਆਪ ਕੁਛ ਨਹੀਂ ਕਰ ਸਕੇ, ਆਪ ਇਹ ਡਾਇਰੈਕਟਰ ਬਣਨਾ ਚਾਹੁੰਦੇ ਸੀ, ਡਾਇਰੈਕਟਰ ਬਣੇ, ਇਹਨਾਂ ਨੇ ਬੜੀਆਂ ਗੰਦੀਆਂ ਘਟੀਆ ਫਿਲਮਾਂ ਬਣਾਈਆਂ, ਇਸ ਕਰਕੇ ਕਾਮਯਾਬ ਨਹੀਂ ਰਹੇ, ਅੱਜ ਇਹਨਾਂ ਨੂੰ ਕੋਈ ਪੈਸੇ ਨਹੀਂ ਦਿੰਦਾ ਤੇ ਸਾਡੇ ਖਿਲਾਫ ਇਹਨਾਂ ਨੇ ਚੈਨਲ ਖੋਲ ਲਏ। ਅੱਛਾ ਸਰ, ਗੈਂਗਸਟਰਵਾਦ ਨੂੰ ਲੈ ਕੇ ਵੀ ਤੁਹਾਡੀ ਕਾਫੀ ਰਿਸਰਚ ਹੈ, ਤੁਹਾਡੀ ਫਿਲਮਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ, ਜੋ ਅਕਸਰ ਚੈਨਲ ਦੇ ਵਿੱਚ ਆ ਪੋਲਿਟਿਕਸ ਵੱਲੋਂ ਦਰਸਾਇਆ ਜਾਂਦਾ ਹੈ ਕਿ ਇਹਦਾ ਜਿਹੜਾ ਰੂਟ ਕੌਸ ਹੈ ਕੁਝ ਗੈਂਗਸ ਦੇ ਵਿੱਚ ਰਾਈਵਲਰੀ ਕਰਕੇ ਆ, ਤੁਹਾਨੂੰ ਕੀ ਲੱਗਦਾ ਕਿਉਂਕਿ ਤੁਹਾਡੀ ਰਿਸਰਚ ਰਹੀ ਹੈ, ਇਸ ਤੋਂ ਪਰੇ ਵੀ ਕੋਈ ਗੱਲ ਆ? ਬਿਲਕੁਲ ਜੀ, ਰਾਜਨੀਤੀ ਇਹਦੇ ਪਿੱਛੇ, ਔਰ ਇਹ ਪਿਛਲੇ ਸਮੇਂ ਤੋਂ ਅਸੀਂ ਦੇਖ ਹੀ ਰਹੇ ਹਾਂ, ਖਾਸ ਕਰਕੇ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹ ਤੋਂ ਵੀ ਪਹਿਲਾਂ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ, ਤੁਹਾਨੂੰ ਪਤਾ ਹੈ ਕਿ ਤੁਸੀਂ ਰਿਤੇਸ਼ ਲੱਖੀ ਜੀ ਹੋਰਾਂ ਦਾ ਚੈਨਲ ਦੇਖ ਲਓ, ਮੈਂ ਲਗਾਤਾਰ ਦੇਖਦਾ ਉਹਨਾਂ ਦਾ ਚੈਨਲ, ਕ੍ਰਾਈਮ ਰਿਪੋਰਟਿੰਗ ਕਰਦੇ ਆ, ਹੋਰ ਵੀ ਕਰਦੇ ਆ, ਉਹ ਗੈਂਗਸਟਰਾਂ ਬਾਰੇ ਵੀ ਉਹਨਾਂ ਨੇ ਸਟੋਰੀਆਂ ਬਣਾਈਆਂ, ਕੈਨੇਡਾ ਦੇ ਵਿੱਚ ਪੰਜਾਬੀ ਗੈਂਗਸਟਰਾਂ ਬਾਰੇ ਵੀ ਬਣਾਈਆਂ, ਇੱਥੋਂ ਵੀ ਬਣਾਈਆਂ, ਤਾਂ ਉਹ ਇੱਕ ਗੱਲ ਕਰਦੇ ਹੁੰਦੇ ਆ ਕਿ ਪੰਜਾਬ, ਮਤਲਬ ਉਹਨਾਂ ਦੇ ਕਹਿਣ ਮੁਤਾਬਕ ਕਿ ਪੰਜਾਬ ਦਾ ਪਹਿਲਾ ਗੈਂਗਸਟਰ ਸੀ ਜਿਹੜਾ ਉਹ ਪ੍ਰਭਜਿੰਦਰ ਸਿੰਘ ਡਿੰਪੀ ਸੀ, ਉਰਫ ਡਿੰਪੀ ਚੰਦ ਪਾਨ। ਡਿੰਪੀ ਬਾਈ ਮੇਰਾ ਸੀਨੀਅਰ ਸੀ ਕਾਲਜ ਦੇ ਵਿੱਚ, ਕਾਲਜ ਦੇ ਵਿੱਚ, ਰਜਿੰਦਰਾ ਕਾਲਜ ਬਠਿੰਡਾ 'ਚ ਮੈਂ ਪ੍ਰੈਪ 'ਚ ਲੱਗਿਆ ਸੀ, ਉਦੋਂ ਪ੍ਰੈਪ ਹੁੰਦੀ ਸੀ, ਅਤੇ ਡਿੰਪੀ ਬਾਈ ਬੀ ਏ ਪਾਰਟ 2 'ਚ ਸੀ ਉਸ ਟਾਈਮ। ਅੱਛਾ, ਫਸਟ ਡੇ ਜਦੋਂ ਮੈਂ ਕਾਲਜ ਗਿਆ ਤਾਂ ਫਸਟ ਡੇ ਹੀ ਮੈਨੂੰ ਜਿਹੜਾ ਦੂਜਾ ਬੰਦਾ ਮਿਲਿਆ ਉਹ ਡਿੰਪੀ ਸੀ। ਅੱਛਾ, ਪਹਿਲਾ ਜਿਹੜਾ ਮੈਨੂੰ ਮਿਲਿਆ ਉਹ ਬਾਈ ਸੰਦੀਪ ਭਾਊ ਸੀ, ਉਹ ਤਾਂ ਹੈਗੇ ਨੇ ਹਲੇ ਵੀ। ਮੈਂ ਇਹਨਾਂ ਲੋਕਾਂ ਨੂੰ ਉਦੋਂ ਤੋਂ ਜਾਣਦਾ, 1982 ਦੀ ਗੱਲ ਹੈ ਇਹ, ਹੈ ਨਾ। ਉਸ ਤੋਂ ਬਾਅਦ ਸਟੂਡੈਂਟ ਪੋਲੀਟਿਕਸ ਕਿਵੇਂ ਹੋਈ, ਕਿਹੜੇ ਕਿਹੜੇ ਲੋਕ ਹੋ, ਕਿਵੇਂ ਕਿਵੇਂ ਯੂਨੀਵਰਸਿਟੀ 'ਚ ਇੱਥੇ ਕਿਹਦਾ ਕਤਲ ਹੋਇਆ, ਹੈ ਨਾ, ਕਿੱਥੇ ਕਿੱਥੇ ਕੀ ਹੋਇਆ, ਮਤਲਬ ਆਪਣਾ ਪੀ ਐੱਸ ਯੂ ਸੀਗੀ ਜਦੋਂ ਨਕਸਲਾਈਟ, ਉਹਨਾਂ ਦਾ ਜਿਹੜਾ ਵਿਦਿਆਰਥੀ ਵਿੰਗ ਸੀਗਾ ਪੀ ਐੱਸ ਯੂ, ਉਹਦਾ ਲੀਡਰ ਸਾਡੇ ਤੋਂ ਵੱਡੇ ਸੀ, ਅਸੀਂ ਤਾਂ ਬਹੁਤ ਛੋਟੇ ਸੀ ਉਸ ਟਾਈਮ, ਬੱਚਾ ਸੀ ਮੈਂ ਤਾਂ, ਪ੍ਰਿਥੀਪਾਲ ਸਿੰਘ ਰੰਧਾਵਾ, ਉਹਨਾਂ ਦਾ ਕਤਲ ਹੋਇਆ ਇੱਥੇ ਲੁਧਿਆਣੇ। ਉਸ ਤੋਂ ਬਾਅਦ ਇਹ ਇੱਥੇ ਮੱਖਣ ਸਿੰਘ ਸੀ ਸ਼ਾਇਦ, ਇੱਥੇ ਚੰਡੀਗੜ੍ਹ ਦੇ ਲੀਡਰ, ਉਹਨਾਂ ਦਾ ਕਤਲ ਹੁੰਦਾ। ਫਿਰ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜਾਂ 'ਚੋਂ ਵੋਟਾਂ ਬੰਦ ਹੁੰਦੀਆਂ ਨੇ, 1983 'ਚ, ਔਰ ਰਜਿੰਦਰਾ ਕਾਲਜ ਬਠਿੰਡਾ 'ਚ ਲੜਾਈ ਹੋਈ ਸੀ। ਅੱਛਾ, 1982 ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਰਜਿੰਦਰਾ ਕਾਲਜ ਬਠਿੰਡਾ 'ਚ, ਮੈਂ ਸੀ ਆਰ ਖੜਾ ਹੋਇਆ ਸੀ। ਅੱਛਾ,
ਕਲਾਸ ਰੀਪ੍ਰੈਜ਼ੈਂਟੇਟਿਵ ਤੇ ਮੈਂ ਜਿੱਤਿਆ ਸੀ ਤੇ ਬੀਏ ਪਾਰਟ 1 ਅਗਲਾ ਸਾਲ ਸੀ ਉਦੋਂ ਮੈਂ ਵੋਟਾਂ 'ਚ ਖੜਾ ਨਹੀਂ ਹੋਇਆ ਉਸ ਸਾਲ ਕਿਸੇ ਹੋਰ ਧਿਰ ਦਾ ਸੀ ਸਾਥ ਦਿੱਤਾ ਸੀ ਉਸ ਸਾਲ ਬਹੁਤ ਵੱਡੀ ਲੜਾਈ ਹੋਈ ਰਜਿੰਦਰਾ ਕਾਲਜ 'ਚ ਗੋਲੀਆਂ ਚੱਲੀਆਂ ਸਿੱਧਮ ਸਿੱਧੀਆਂ 7 ਦਿਨ 8 ਦਿਨ ਕਾਲਜ ਬੰਦ ਰਿਹਾ ਚਾਰੇ ਪਾਸੇ ਪੁਲਿਸ ਲੱਗੀ ਰਹੀ ਅਤੇ ਪਟਿਆਲਾ ਯੂਨੀਵਰਸਿਟੀ ਦੇ VC ਨੇ ਇਹ ਹੁਕਮ ਦੇਤਾ ਸੀ ਕਿ ਅੱਜ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜਾਂ 'ਚ ਵੋਟਾਂ ਨਹੀਂ ਪੈਣਗੀਆਂ ਵਿਦਿਆਰਥੀਆਂ ਨੂੰ ਨਹੀਂ ਚੁਣਿਆ ਜਾਊਗਾ ਅਤੇ ਅੱਜ ਤੱਕ ਬੰਦ ਨੇ ਉੱਥੋਂ ਸ਼ੁਰੂਆਤ ਹੋਈ ਸੀ ਹੈ ਨਾ ਫਿਰ ਉਹ ਟਾਈਮ ਵੀ ਆਇਆ ਜਦੋਂ ਡਿੰਪੀ ਬਾਈ ਹੋਰਾਂ ਦਾ ਨਾਂ ਨੈਸ਼ਨਲ ਲੈਵਲ 'ਤੇ ਬਹੁਤ ਵੱਡਾ ਚੱਲਿਆ ਗਿਆ ਹੈ ਨਾ ਗੈਂਗਸਟਰਾਂ ਦੇ ਵਿੱਚ ਇੰਡੀਆ ਟੂਡੇ ਦੀ ਇੱਕ ਵਾਰੀ ਕਵਰ ਸਟੋਰੀ ਆਈ ਜਿਹਦੇ 'ਚ ਬੜੇ ਵੱਡੇ ਵੱਡੇ ਗੈਂਗਸਟਰਾਂ ਦੇ ਨਾਂ ਸੀ ਉਹਨਾਂ ਦੀਆਂ ਫੋਟੋਆਂ ਸੀ ਉਹਦੇ 'ਚ ਡਿੰਪੀ ਹੋਰਾਂ ਦੀ ਵੀ ਫੋਟੋ ਸੀ ਉਹਨਾਂ ਦੇ ਬਾਰੇ ਵੀ ਆਰਟੀਕਲ ਸੀ ਫਿਰ ਡਿੰਪੀ ਬਠਿੰਡਾ ਜੇਲ੍ਹ 'ਚ ਲੈ ਆਉਂਦਾ ਗਿਆ ਇਹਨਾਂ ਨੂੰ ਉਦੋਂ ਵੀ ਗੱਲ ਸੀ ਕਿ ਜੀ ਬੜੀ ਉਹਨਾਂ ਦੀ ਦਹਿਸ਼ਤ ਆ ਅੰਦਰ ਉਹ ਤਾਂ ਜੇਲਰ ਦੇ ਕਮਰੇ 'ਚ ਬੈਠਦੇ ਆ ਹੈ ਨਾ ਮੇਰਾ ਇੱਕ ਦੋਸਤ ਸੀਗਾ ਉਹ ਬਠਿੰਡੇ ਜੇਲ੍ਹ 'ਚ ਕੈਦੀਆਂ ਨੂੰ ਭੰਗੜਾ ਸਿਖਾਉਂਦਾ ਹੁੰਦਾ ਸੀ ਅਤੇ ਉਹ ਢੋਲ ਵੀ ਆਪ ਵਜਾਉਂਦਾ ਸੀ ਉਹ ਅੰਦਰ ਜਾਂਦਾ ਅਤੇ ਫਿਰ ਮੈਨੂੰ ਦੱਸਦਾ ਬਾਅਦ 'ਚ ਵੀ ਉੱਥੋਂ ਦਾ ਮਾਹੌਲ ਕੀ ਹੈ ਫਿਰ ਉਹ ਦਿਨ ਵੀ ਆਇਆ ਜਿੱਦਾਂ ਡਿੰਪੀ ਬਾਈ ਰਿਹਾ ਹੋਏ ਬਹੁਤ ਰਸ਼ ਸੀ ਮੇਰਾ ਘਰ ਰਜਿੰਦਰਾ ਕਾਲਜ ਦੀ ਬੈਕ ਸਾਈਡ 'ਤੇ ਆ ਰਜਿੰਦਰਾ ਕਾਲਜ ਦੇ ਸਾਹਮਣੇ ਮਾਨਸਾ ਬਠਿੰਡਾ ਸੜਕ ਆ ਉਦੋਂ ਸਾਹਮਣੇ ਦੂਜੇ ਪਾਸੇ ਜੇਲ੍ਹ ਸੀਗੀ ਪੁਰਾਣੀ ਜਿਹਦੇ 'ਚ ਮੈਂ ਜੋਰਾ 'ਚ ਮੈਂ ਸ਼ੂਟ ਵੀ ਕੀਤੀ ਆ ਉਹ ਜੇਲ੍ਹ ਉੱਥੇ ਬਹੁਤ ਭੀੜ ਅਤੇ ਮੈਂ ਲੰਘ ਰਿਹਾ ਮੈਂ ਪੁੱਛਿਆ ਬਹੁਤ ਸਾਰੇ ਮੁੰਡੇ ਮੈਨੂੰ ਜਾਣਦੇ ਖੜ੍ਹੇ ਸੀ ਮੈਂ ਕੀ ਹੋ ਗਿਆ ਇੰਨੀ ਮੈਨੂੰ ਕਹਿੰਦੇ ਤੈਨੂੰ ਨਹੀਂ ਪਤਾ ਮੈਂ ਨਾ ਯਾਰ ਕਹਿੰਦੇ ਡਿੰਪੀ ਬਾਈ ਰਿਹਾ ਹੋ ਰਿਹਾ ਹੁਣ ਮਤਲਬ 10-12 ਸਾਲਾਂ ਦੇ ਵਿੱਚ ਮੈਂ ਡਿੰਪੀ ਬਾਈ ਨੂੰ ਕਾਲਜ ਦੇ ਇੱਕ ਸਟੂਡੈਂਟ ਤੋਂ ਲੈ ਕੇ ਉੱਥੋਂ ਰਿਹਾ ਹੁੰਦੇ ਦੇਖ ਲਿਆ ਜਿੱਦਾਂ ਉਹ ਰਿਹਾ ਹੋਏ ਆ ਉਹਨਾਂ ਨੂੰ ਕਾਰਾਂ ਦਾ ਕਾਫਲਾ ਲੈਣ ਆਇਆ ਸੀ ਸਾਰੀਆਂ ਪਾਰਟੀਆਂ ਦੇ ਲੀਡਰ ਸੀ ਜਿਹੜੇ ਉਹ ਉਹਨਾਂ ਦੇ ਸਵਾਗਤ ਲਈ ਸੀ ਅਕਾਲੀ ਦਲ ਵੀ ਸੀਗੇ ਹੋਰ ਵੀ ਬਥੇਰੇ ਸੀ ਅਤੇ ਉਹਨਾਂ ਦਾ ਪਿੰਡ ਆ ਜੈਤੋ ਬਠਿੰਡਾ ਰੋਡ 'ਤੇ ਚੰਦ ਪਾਨ ਉਹਨਾਂ ਦੇ ਪਿੰਡ ਤੱਕ ਲਾਈਨ ਲੱਗੀ ਵੀ ਸੀ ਕਾਰਾਂ ਦੀ ਹੈ ਨਾ ਫਿਰ ਇਹ ਗੱਲ ਹੋਈ ਕਿ ਡਿੰਪੀ ਬਾਈ ਨੂੰ ਕੋਟਕਪੂਰੇ ਤੋਂ ਟਿਕਟ ਦੇਣਗੇ ਹੈ ਨਾ ਫਿਰ ਇਸ ਗੱਲ ਦਾ ਵੀ ਰੌਲਾ ਚੱਲਦਾ ਰਿਹਾ ਕਿ ਵੀ ਉਹਨਾਂ ਨੇ ਟਿਕਟ ਲਈ ਆ ਕਿ ਨਹੀਂ ਲਈ ਐਂ ਹੋਇਆ ਇਸੇ ਦਰਮਿਆਨ ਮੇਰੇ ਬਾਪੂ ਜੀ ਇੱਕ ਦਿਨ ਮੈਨੂੰ ਕਹਿੰਦੇ ਹਾਂ ਉਸ ਤੋਂ ਪਹਿਲਾਂ ਜਦੋਂ ਮੈਨੂੰ ਇਹ ਗੱਲ ਕਹੀ ਉਹਨੇ ਕਿ ਡਿੰਪੀ ਬਾਈ ਰਿਹਾ ਹੋ ਰਿਹਾ ਇਸ ਗੱਲ ਨੇ ਮੇਰੇ ਦਿਮਾਗ 'ਚ ਗੱਲ ਪਾਈ ਕਿ ਯਾਰ ਡਿੰਪੀ ਬਾਈ ਕਿਵੇਂ ਬਣ ਗਿਆ ਇਹ ਫਿਲਮ ਆ ਇਸ ਗੱਲ ਤੋਂ ਮੈਂ ਜੋਰਾ 10 ਨੰਬਰੀਆ ਲਿਖੀ ਇਸ ਇੱਕ ਲਾਈਨ ਕਰਕੇ ਫਿਰ ਮੇਰੇ ਬਾਪੂ ਜੀ ਮੈਨੂੰ ਕਹਿੰਦੇ ਯਾਰ ਡਿੰਪੀ ਨਾ ਧੋਖਾ ਖਾਊਗਾ ਉਹਨੂੰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ 'ਚ ਜਾ ਵੜਨਾ ਚਾਹੀਦਾ ਜਿਹੜੀ ਵੀ ਕਿਉਂਕਿ ਇਹ ਨਾ ਤੀਜੀ ਧਿਰ ਨਹੀਂ ਖੜੀ ਹੋਣ ਦਿੰਦੀਆਂ ਰਾਜਨੀਤਿਕ ਪਾਰਟੀਆਂ ਇਸ ਕਰਕੇ ਇਹਨੂੰ ਜਿਵੇਂ ਡਿੰਪੀ ਨੂੰ ਉਹ ਜਿਹੜੀ ਵੀ ਪਾਰਟੀ ਦਿੰਦੀ ਹੈ ਟਿਕਟ ਉਹ ਲੈ ਲਵੇ ਨਾਲੇ ਕਹਿੰਦੇ ਹੁਣ ਉਹਨੇ ਸਾਰੇ ਪੇਪਰ ਤਾਂ ਦੇ ਲਏ ਇਮਤਿਹਾਨ ਤਾਂ ਪਾਸ ਕਰ ਹੀ ਲਏ ਕਹਿੰਦੇ ਉਹ ਇੱਕ ਕਹਾਵਤ ਆ ਜਿਵੇਂ ਕਿ ਪੋਲੀਟਿਕਸ ਇਜ਼ ਦਾ ਲਾਸਟ ਰਿਫਿਊਜ਼ ਆਫ ਦਾ ਸਕਾਉਂਡਰਲ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਕਹਿੰਦੇ ਉਹ ਪਹੁੰਚ ਗਿਆ ਉੱਥੇ
ਇਹੀ ਗੱਲ ਮੈਂ ਧਰਮਿੰਦਰ ਤੋਂ ਕਹਾਈ ਸੀ ਜੋਰਾ 10 ਨੰਬਰੀਆ 'ਚ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ, ਜਿਹੜੀ ਹੈ ਮੇਰੇ ਬਾਪੂ ਜੀ ਨੇ ਮੈਨੂੰ ਕਹੀਆਂ ਸੀ। ਔਰ ਬਾਪੂ ਜੀ ਨੇ ਕਿਹਾ ਕਿ ਜੇ ਡਿੰਪੀ ਨੇ ਇਹ ਗੱਲ ਨਾ ਕੀਤੀ ਨਾ ਤਾਂ ਡਿੰਪੀ ਮਾਰਿਆ ਜਾਊਗਾ। ਅੱਛਾ। ਅਤੇ ਉਦੋਂ 6 ਮਹੀਨਿਆਂ ਬਾਅਦ ਜਾਂ 7 ਮਹੀਨਿਆਂ ਬਾਅਦ ਇੱਥੇ ਹੀ ਚੰਡੀਗੜ੍ਹ ਡਿੰਪੀ ਬਾਈ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਇਹ ਸਾਰਾ ਕੁਛ ਅਸੀਂ ਦੇਖਿਆ ਤਾਂ ਮੈਂ ਜੋੜਾ ਬਣਾਈ ਸੀ। ਫਿਰ ਮੈਂ ਜਦੋਂ ਜੋੜਾ ਤਾਂ ਵਰਕ ਕਰ ਰਿਹਾ ਸੀਗਾ ਜੀ, ਪ੍ਰੀ ਪ੍ਰੋਡਕਸ਼ਨ ਵਰਕ ਕਰ ਰਹੇ ਸੀ, ਬੋਂਬੇ ਸੀ, ਤਾਂ ਮੇਰੇ ਕੋਲ ਮਤਲਬ ਫੇਸਬੁੱਕ 'ਤੇ ਮੈਨੂੰ ਇੱਕਦਮ ਖਬਰ ਮਿਲੀ ਕਿ ਰੌਕੀ ਫਾਜ਼ਿਲਕਾ ਦਾ ਕਤਲ ਹੋ ਗਿਆ। ਇਹਨਾਂ ਸਾਰੇ ਬੰਦਿਆਂ ਨੂੰ ਮੈਂ ਦੇਖਿਆ ਸੀ, ਮੈਂ ਜਾਣਦਾ ਸੀ, ਉਹਨਾਂ ਨੂੰ ਮੈਂ ਵਾਚ ਕਰਦਾ ਸੀ ਕਿ ਯਾਰ ਪੋਲੀਟਿਕਸ ਕਿਵੇਂ ਪੈਦਾ ਕਰਦੀ ਆ। ਸਾਡੇ ਭਰਾ ਹੀ ਸੀਗੇ ਉਹ ਭਾਵੇਂ ਆਪਸ ਵਿੱਚ ਦੀ ਕਿੰਨੀਆਂ ਹੀ ਤਰ੍ਹਾਂ ਹੋਣ, ਪਰ ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਪੁੱਤ ਨੇ, ਚਾਹੇ ਉਹ ਕਿਸੇ ਵੀ ਧਿਰ 'ਚ ਨੇ, ਚਾਹੇ ਉਹ ਪੁਲਿਸ 'ਚ ਨੇ, ਚਾਹੇ ਉਹ ਪੋਲੀਟਿਕਸ 'ਚ ਨੇ, ਚਾਹੇ ਉਹ ਇੱਕ ਦੂਜੇ ਦੇ ਵਿਰੋਧੀ ਨੇ, ਚਾਹੇ ਵਿੱਕੀ ਮਿੱਡੂ ਖੇੜਾ ਮਾਰਿਆ ਜਾਂਦਾ, ਚਾਹੇ ਸਿੱਧੂ ਮੂਸੇਵਾਲਾ ਮਾਰਿਆ ਜਾਂਦਾ, ਮਾਰਿਆ ਤਾਂ ਮਾਂ ਦਾ ਪੁੱਤ ਜਾਂਦਾ ਨਾ, ਪੰਜਾਬ ਦਾ ਪੁੱਤ ਮਾਰਿਆ ਜਾਂਦਾ, ਹੈ ਨਾ, ਸਾਨੂੰ ਦੁੱਖ ਹੁੰਦਾ ਇਸ ਗੱਲ ਦਾ। ਇਸ ਕਰਕੇ ਮੈਂ ਇਹ ਫਿਲਮਾਂ ਬਣਾਈਆਂ, ਜੋਰਾ ਵੀ, ਜੋਰਾ ਸੈਕਿੰਡ ਚੈਪਟਰ ਵੀ ਅਤੇ ਮਰ ਜਾਣੇ ਵੀ। ਬੇਸ਼ੱਕ ਮਰ ਜਾਣੇ ਲੋਕਾਂ ਨੇ ਉਨੀ ਨਹੀਂ ਦੇਖੀ, ਪਰ ਉਹਨੂੰ ਦੇਖਿਓ, ਉਹ ਇੰਨਾ ਗੰਭੀਰ ਵਿਸ਼ਾ ਔਰ ਇੰਨੀ ਜ਼ਰੂਰੀ ਫਿਲਮ ਆ ਉਹ ਕਿ ਇਹ ਕਿਵੇਂ ਬਣਦੇ ਆ ਅਤੇ ਮੁੰਡੇ ਕਿਵੇਂ ਮਾਰੇ ਜਾਂਦੇ ਆ, ਕਿਵੇਂ ਇਹਨਾਂ ਦੀ ਬਲੀ ਲੈ ਲੈਂਦੀ ਆ ਰਾਜਨੀਤੀ। ਇਸ ਕਰਕੇ ਮੇਰਾ ਵਿਸ਼ਾ ਇਹ ਫਿਲਮਾਂ ਤਾਂ ਬਣੀਆਂ ਨੇ, ਮੈਂ ਕੋਈ ਪੈਸੇ ਇਕੱਠੇ ਕਰਨ ਲਈ ਜਾਂ ਗੈਂਗਸਟਰਾਂ ਨੂੰ ਜਿਹਨੂੰ ਕਹਿੰਦੇ ਹੁੰਦੇ ਆ ਕਿ ਤੁਸੀਂ ਜੀ ਇਹਨਾਂ ਨੂੰ ਉਹ ਕਰਦੇ ਹੋ, ਗਲੋਰੀਫਾਈ ਕਰਦੇ ਹੋ, ਉਹ ਨਹੀਂ ਹੁੰਦਾ, ਉਹ ਜ਼ਰੂਰੀ ਆ। ਸਾਡੀ ਪੰਜਾਬ ਦੀਆਂ ਕਹਾਣੀਆਂ ਨੇ ਉਹ ਜ਼ਰੂਰੀ, ਉਹ ਸਾਰੇ ਬੰਦੇ ਸਾਡੇ ਨੇ ਜੀ, ਔਰ ਉਹ ਅਣਖੀ ਬੰਦੇ ਸੀ, ਬਹਾਦਰ ਬੰਦੇ ਸੀ, ਦਲੇਰ ਬੰਦੇ ਸੀ, ਲੰਡੂ ਬੰਦੇ ਨਹੀਂ ਹੁੰਦੇ ਗੈਂਗਸਟਰ, ਹੈ ਨਾ। ਬੇਸ਼ੱਕ ਉਹ ਕਿੰਨੇ ਨੈਗੇਟਿਵ ਹੋਣ, ਅਸੀਂ ਉਹਨਾਂ ਨੂੰ ਕਿੰਨੀਆਂ ਮਰਜ਼ੀ ਗਾਲਾਂ ਦੇਈਏ, ਪਰ ਉਹ ਬਾਗੀ ਤਾਂ ਹੁੰਦੇ ਆ ਨਾ, ਕਿਸੇ ਨਾ ਕਿਸੇ ਕਾਰਨ ਤਾਂ ਉਹ ਘਰੋਂ ਨਿਕਲੇ ਹੁੰਦੇ ਆ। ਜਦੋਂ ਪਤਾ ਹੁੰਦਾ ਕਿ ਸੀਨੇ ਵਿੱਚ ਛੇਕ ਹੋਣਗੇ, ਉਦੋਂ ਜੰਗ ਉੱਤੇ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ, ਉਹਨਾਂ ਨੂੰ ਕਿਹੜਾ ਪਤਾ ਨਹੀਂ ਕਿ ਕਿਸੇ ਨਾ ਕਿਸੇ ਦਿਨ ਪੁਲਿਸ ਸਾਡਾ ਇਨਕਾਊਂਟਰ ਕਰ ਦੂਗੀ, ਮਾਰ ਦੂਗੀ ਸਾਨੂੰ, ਹੈ ਨਾ। ਬੇਸ਼ੱਕ ਉਹਨਾਂ ਦਾ ਤਰੀਕਾ ਗਲਤ ਹੁੰਦਾ, ਪਰ ਉਹ ਫਿਰ ਵੀ ਲੜ ਤਾਂ ਰਹੇ ਹੁੰਦੇ ਆ ਨਾ। ਮੈਨੂੰ ਇਹ ਗੱਲ ਬਹੁਤ ਤੰਗ ਕਰਦੀ ਹੈ ਕਿ ਉਹ ਮਾਰੇ ਜਾਂਦੇ ਨੇ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਦੋਂ ਕਿਵੇਂ ਮਾਰੇ ਜਾਂਦੇ ਨੇ ਉਹ। ਕਾਫੀ ਇੰਟੈਂਸ ਸਰ ਗੱਲਾਂ ਹੋ ਗਈਆਂ ਸਾਡੀ, ਇਹਨੂੰ ਐਂਡ ਕਰਦੇ ਆ ਪੋਡਕਾਸਟ ਨੂੰ ਜੀ। ਐਕਸਟ੍ਰੀਮ ਤੋਂ ਲੈ ਕੇ ਮੈਂ ਫਿਰ ਥੱਲੇ ਲੈ ਕੇ ਆਉਂਦੀ ਹਾਂ ਜੀ। ਆਖਰੀ ਸਵਾਲ, ਜ਼ਿੰਦਗੀ 'ਚ ਸਭ ਤੋਂ ਵੱਡੀ ਸਿੱਖ ਤੁਹਾਡੀ ਸਿੱਖਿਆ ਜੀ ਕਿਹੜੀ ਸੀ, ਕਿਸ ਤਰ੍ਹਾਂ, ਮਤਲਬ ਜਿਹੜੀ ਮੈਂ ਲਈ ਜੀ, ਜਿਹੜੀ ਤੁਸੀਂ ਲਈ? ਮੇਰੇ ਲਈ ਸਿੱਖੀ ਦੇ ਵਿੱਚ ਵਾਪਸ ਆਉਣਾ ਸਭ ਤੋਂ ਵੱਡੀ ਸਿੱਖਿਆ ਸੀ। ਮੈਂ ਜੰਮਿਆ ਇੱਕ ਸਿੱਖ ਪਰਿਵਾਰ 'ਚ ਸੀ, ਔਰ ਕਿਸੇ ਕਾਰਨ ਜਦੋਂ ਖੜਕੂਵਾਦ ਦਾ ਟਾਈਮ ਸੀ, ਮੈਨੂੰ 2-3 ਵਾਰੀ ਬਲਕਿ ਪੁਲਿਸ ਨੇ, CRP ਨੇ ਚੱਕ ਲਿਆ, ਅਤੇ ਉਹ ਮੈਨੂੰ ਮਤਲਬ ਕਿਉਂਕਿ ਮੈਂ ਦਾੜ੍ਹੀ ਜਦੋਂ ਰੱਖੀ ਸੀ, ਐਂ ਸੀ ਮੈਂ ਯੰਗ ਵੀ, ਜਦੋਂ ਮੈਂ ਦਾੜ੍ਹੀ ਰੱਖ ਕੇ ਪੱਗ ਬੰਨ੍ਹਦਾ ਸੀ ਤਾਂ ਮੈਂ ਦਾੜ੍ਹੀ ਕੱਟਦਾ ਨਹੀਂ ਸੀ, ਅਤੇ ਮੇਰਾ ਮਤਲਬ ਸੀ ਜੇ ਦਾੜ੍ਹੀ ਕੱਟਣੀ ਆ ਫਿਰ ਵਾਲ ਵੀ ਕੱਟਣੇ ਆ, ਫਿਰ ਪੱਗ ਨਹੀਂ ਬੰਨ੍ਹਣੀ।
ਜੇ ਪੱਗ ਬੰਨਣੀ ਆ ਤਾਂ ਦਾੜੀ ਨਹੀਂ ਕਤਰਨੀ। ਤਾਂ ਮੈਨੂੰ ਦੋ ਵਾਰੀ ਤਿੰਨ ਵਾਰੀ ਬਲਕਿ ਦੋ ਵਾਰੀ ਸੀ ਆਰ ਪੀ ਨੇ, ਇੱਕ ਵਾਰੀ ਪੰਜਾਬ ਪੁਲਿਸ ਨੇ ਮੈਨੂੰ ਖਾੜਕੂ ਸਮਝ ਕੇ ਫੜ ਲਿਆ। ਉਹ ਮੈਂ ਬਹੁਤ ਵਾਰੀ ਦੱਸੀ ਇਹ ਗੱਲ ਪਟਿਆਲੇ ਯੂਨੀਵਰਸਿਟੀ 'ਚ, ਉੱਥੇ ਮੈਂ ਗੁੱਸੇ 'ਚ ਆ ਕੇ ਦਾੜੀ ਕੇਸ ਜਿਹੜੇ ਸੀਗੇ ਉਹ ਕਤਲ ਕਰਾ ਤੇ, ਪੱਗ ਲਾ ਤੀ ਕਿ ਯਾਰ ਇਹ ਐਂ ਮਾਰ ਦੇਣਗੇ। ਪਰ ਉਦੋਂ ਹਾਲਾਤ ਇੱਦਾਂ ਦੇ ਸੀਗੇ ਵੀ ਜੇ ਤੁਸੀਂ ਵਾਲ ਦਾੜੀ ਕਤਲ ਕੀਤੇ ਵਿਆ ਤਾਂ ਹੋ ਸਕਦਾ ਤੁਹਾਨੂੰ ਖਾੜਕੂ ਮਾਰ ਦੇਣ ਹਿੰਦੂ ਸਮਝ ਕੇ, ਜੇ ਤੁਸੀਂ ਰੱਖੇ ਵਿਆ ਤਾਂ ਹੋ ਸਕਦਾ ਤੁਹਾਨੂੰ ਕੋਈ ਸੀ ਆਰ ਪੀ ਜਾਂ ਪੰਜਾਬ ਪੁਲਿਸ ਮਾਰ ਦੇਵੇ। ਚਲੋ ਉਸ ਤੋਂ ਬਾਅਦ ਬਹੁਤ ਟਾਈਮ ਲੰਘ ਗਿਆ ਅਤੇ ਮੇਰੇ ਘਰਦਿਆਂ ਨੂੰ ਨਹੀਂ ਸੀ ਪਸੰਦ, ਜਿਵੇਂ ਸਾਰੇ ਘਰਦਿਆਂ ਆਪਣੇ ਹੁੰਦੇ ਆ ਵੀ ਉਹਨਾਂ ਨੂੰ, ਮਾਵਾਂ ਨੂੰ ਵੀ, ਫਾਦਰ ਸਾਹਿਬ ਨੂੰ ਵੀ ਨਹੀਂ ਸੀ ਕਿ ਮੈਂ ਦਾੜੀ ਕੇਸ ਜਿਹੜੇ ਆ ਉਹ ਕਟਾਵਾਂ। ਅਤੇ ਉਸ ਸਮੇਂ ਦੌਰਾਨ ਮੈਂ ਇੱਕ ਫਿਲਮ ਸਾਈਨ ਕੀਤੀ ਐਜ਼ ਏ ਰਾਈਟਰ, ਉਹ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਦੀ ਡੈਥ ਹੋ ਗਈ, ਉਹ ਫਿਲਮ ਬਣ ਨਹੀਂ ਸਕੀ, ਮਿਸਟਰ ਰਵੀ ਨਿਸ਼ੰਦ, ਉਹ ਜਸਪਾਲ ਭੱਟੀ ਦੇ ਐਸੋਸੀਏਟ ਹੁੰਦੇ ਸੀ ਕਿਸੇ ਟਾਈਮ, ਉਹਨਾਂ ਨੇ ਇੱਕ ਫਿਲਮ ਬਣਾਉਣੀ ਸੀ, ਉਹ ਸਿੱਖੀ 'ਤੇ ਸੀਗੀ ਕਿ ਇੱਕ ਸਿੱਖ ਪਰਿਵਾਰ ਦਾ ਜਿਹੜਾ ਹੈਗਾ ਪੋਤਾ ਉਹ ਬਾਹਰ ਜਾਂਦਾ ਅਤੇ ਬਾਹਰ ਸਿੰਗਰ ਬਣਨ ਲਈ ਉਹ ਦਾੜੀ ਕੇਸ ਕਤਲ ਕਰਾ ਦਿੰਦਾ ਅਤੇ ਉਹਦੇ ਦਾਦੇ ਨਾਲ ਉਹਦੀ ਲੜਾਈ ਹੋ ਜਾਂਦੀ ਹੈ। ਜਦੋਂ ਵਾਪਸ ਆਉਂਦਾ ਤਾਂ ਦਾਦਾ ਉਹਦਾ ਪੂਰਨ ਗੁਰਸਿੱਖ ਆ ਅਤੇ ਉਹਨਾਂ ਦੀ ਟਸਲ ਚੱਲਦੀ ਰਹਿੰਦੀ ਆ ਅਤੇ ਐਂਡ 'ਤੇ ਜਾ ਕੇ ਉਹ ਜਵਾਕ ਆ ਜਿਹੜਾ ਮੁੰਡਾ ਉਹ ਫੇਰ ਸਮਝਦਾ ਕਿ ਸਿੱਖੀ ਕਿੰਨੀ ਜ਼ਰੂਰੀ ਆ ਅਤੇ ਉਹ ਦੁਬਾਰਾ ਦਾੜੀ ਕੇਸ ਰੱਖਦਾ। ਮੈਂ ਉਹ ਫਿਲਮ ਲਿਖਣੀ ਸੀਗੀ, ਸਕਰੀਨ ਪਲੇ ਡਾਇਲੋਗ ਮੈਂ ਲਿਖਣੇ ਸੀ, ਵਨ ਲਾਈਨ ਕਹਾਣੀ ਉਹ ਡਾਇਰੈਕਟਰ ਦੀ ਸੀ। ਅਤੇ ਲਿਖਦੇ ਲਿਖਦੇ ਮੈਂ ਇੱਥੇ 3 ਮਹੀਨੇ ਦਾ ਟਾਈਮ ਲਿਆ ਸੀ ਵੀ ਮੈਂ ਇੱਥੇ ਰਹਿ ਕੇ ਲਿਖੂੰਗਾ ਮਨਸਾ ਦੇਵੀ, ਅਤੇ ਮੈਂ ਉਹਨੂੰ ਲਿਖਿਆ ਜਦੋਂ ਤਾਂ ਮੈਂ ਇੱਕ ਦਿਨ ਡਾਇਰੈਕਟਰ ਨੂੰ ਕਿਹਾ, ਮੈਂ ਕਿਹਾ ਯਾਰ ਵੀ ਮੈਨੂੰ ਨਾ ਇੱਕ ਗਿਲਟੀ ਫੀਲ ਹੁੰਦੀ ਆ। ਕਹਿੰਦਾ ਕੀ? ਮੈਂ ਕਿਹਾ ਮੈਨੂੰ ਇੱਦਾਂ ਲੱਗਦਾ ਕਿ ਮੈਂ ਸਿੱਖਾਂ ਦਾ ਜਵਾਕ ਹੋ ਕੇ, ਮੁੰਡਾ ਹੋ ਕੇ ਮੈਂ ਦਾੜੀ ਕੇਸ ਕਟਾਈ ਫਿਰਦਾ ਅਤੇ ਮੈਂ ਲੋਕਾਂ ਦੇ ਜਵਾਕਾਂ ਨੂੰ ਇਹ ਸਿੱਖਿਆ ਦੇਊਂ ਕਿ ਭਾਈ ਤੁਸੀਂ ਦਾੜੀ ਕੇਸ ਨਾ ਕਟਾਓ, ਰੱਖ ਲਓ, ਹੈ ਨਾ। ਇਸ ਕਰਕੇ ਯਾਰ ਮੇਰੇ ਤੋਂ ਐਂ ਤਾਂ ਝੂਠ ਨਹੀਂ ਬੋਲਿਆ ਜਾਣਾ, ਮੈਂ ਤਾਂ ਯਾਰ ਆਪ ਦਾੜੀ ਕੇਸ ਰੱਖਦਾ, ਫਿਰ ਮੈਂ ਲੋਕਾਂ ਨੂੰ ਦੱਸੂਗਾ ਜੀ। ਮੈਂ ਜੀ ਉਸ ਦਿਨ ਹੀ ਸਾਰੀਆਂ ਜਿਹੜੀਆਂ ਬੁਰੀਆਂ ਆਦਤਾਂ ਸੀਗੀਆਂ ਉਹ ਤਿਆਗ ਦਿੱਤੀਆਂ ਅਤੇ ਮੈਂ ਦਾੜੀ ਕੇਸ ਰੱਖ ਲਏ। ਅਤੇ ਉਹ ਬਦਕਿਸਮਤੀ ਸੀਗੀ ਉਸ, ਮਤਲਬ ਉਸ ਸਮੇਂ ਸਾਡੀ ਸਾਰਿਆਂ ਦੀ, ਕਿ ਉਹ ਫਿਲਮ ਸੈੱਟ 'ਤੇ ਜਾਣ ਤੋਂ ਪਹਿਲਾਂ ਹੀ ਡਾਇਰੈਕਟਰ ਉਹਨਾਂ ਦੀ ਡੈਥ ਹੋ ਗਈ, ਮਿਸਟਰ ਰਵੀ ਨਿਸ਼ੰਦ ਦੀ। ਅਤੇ ਪਰ ਉਸ ਸਬਜੈਕਟ ਨੇ ਦੇ ਰਾਹੀਂ ਵਾਹਿਗੁਰੂ ਨੇ ਮੇਰੇ 'ਤੇ ਇਹ ਮਿਹਰ ਕੀਤੀ ਕਿ ਮੈਂ ਵਾਪਸ ਸਿੱਖੀ ਸਰੂਪ ਦੇ ਵਿੱਚ ਆ ਗਿਆ ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ। ਔਰ ਮੇਰੇ ਮਾਂ ਬਾਪ ਜਾਂਦੇ ਜਾਂਦੇ ਮੈਨੂੰ ਵਾਪਸ ਸਿੱਖੀ ਸਰੂਪ ਦੇ ਵਿੱਚ ਦੇਖ ਗਏ। ਮੇਰੇ ਬਾਪੂ ਜੀ ਬੇਸ਼ੱਕ ਕਾਮਰੇਡ ਸੀ ਪਰ ਉਹਨਾਂ ਨੇ ਕਦੇ ਦਾੜੀ ਕੇਸ ਕਤਲ ਨਹੀਂ ਸੀ ਕੀਤੇ, ਉਹ ਕਸ਼ਹਿਰਾ ਪਾਉਂਦੇ ਸੀ ਔਰ ਸਿੱਖੀ ਦੀਆਂ ਗੱਲਾਂ ਮੈਨੂੰ ਸੁਣਾਇਆ ਕਰਦੇ ਸੀ ਅਤੇ ਉਹ ਬੜੇ ਖੁਸ਼ ਹੋਏ ਜਦੋਂ ਮੈਂ ਦਾੜੀ ਰੱਖ ਕੇ ਪੱਗ ਬੰਨਣ ਲੱਗ ਗਿਆ, ਮੇਰੇ ਮਾਤਾ ਜੀ ਵੀ। ਅਤੇ ਇਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਇੱਕ ਟਰਨਿੰਗ ਪੁਆਇੰਟ ਆ ਜੀ। ਅਤੇ ਬਾਕੀ ਤਾਂ